हेलो स्टूडेंट्स वेलकम चैनल जानकारी सेल्फ स्टूडेंटल अभिलाषी शर्मा एक बार फिर लिए अकाउंटेंसी का बड़ा इंपोर्टेंट टॉपिक शेयर करने जा रहे हैं कैश बुक जिसको स्पेशल पर्पस बुक या याबसि बुक भी हैं ये पार्ट से मतलब तो पहला मैं सबसिडी जो बेसिक इंट्रोडक्टरी कॉन्सैप्ट है ਉਹਨੂੰ ਵੀਡੀਓ ਨੰਬਰ 24 ਦੇ ਉੱਤੇ ਪਾ ਚੁੱਕਿਆ ਤੁਸੀਂ ਉਸ ਚੈਨਲ ਇਸੇ ਚੈਨਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੰਬਰ 24 ਜਿੱਥੇ ਮੈਂ ਸਬਸਕ੍ਰੀਬ ਬੁੱਕ ਦਾ ਜੋ ਬੇਸਿਕ ਕੰਟੈਂਟ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਤੇ ਅੱਜ ਦਾ ਟਾਈਮ ਕੀ ਹੈ ਅੱਜ ਦਾ ਟਾਈਮ ਹੈ ਕੈਸ਼ ਬੁੱਕ ਨੂੰ ਨੰਮਰੀਕਲ ਕੁਐਸ਼ਨਸ ਦੇ ਨਾਲ ਕਰੰਦਾ ਬਹੁਤ ਇੰਪੋਰਟੈਂਟ ਨੰਮਰੀਕਲ ਕੁਐਸ਼ਨਸ ਹੁੰਦੇ ਨੇ ਇਹ ਆਮ ਤੌਰ ਤੇ ਜਿਹੜੇ ਲੌਂਗ ਟਾਈਪ ਜਿਹੜੇ ਕੁਐਸ਼ਨਸ ਆਉਂਦੇ ਨੇ ਉਹਨਾਂ ਦੇ ਵਿੱਚ ਕੈਸ਼ ਬੁੱਕ ਦਾ ਨੰਮਰੀਕਲ ਕੁਐਸ਼ਨ ਆਂਦਾ ਸੋ ਸਟੂਡੈਂਟਸ ਵੈਰੀ ਇੰਪੋਰਟੈਂਟ ਟਾਈਮ ਇਸ ਨੂੰ ਧਿਆਨ ਨਾਲ ਸਿੱਖਿਓ ਤੇ ਨਾਲ ਹੀ ਮੈਂ ਇਹਦੇ ਵਿੱਚ ਡਿਸਕਸ ਕਰੂੰਗਾ ਨਿਊਮੈਰਿਕਲ ਦੇ ਵਿੱਚ ਤਿੰਨੋਂ ਟਾਈਪ ਦੇ ਨਿਊਮੈਰਿਕਲ ਇੱਕੋ ਹੀ ਵੀਡੀਓ ਦੇ ਵਿੱਚ ਸਿੰਗਲ ਡਬਲ ਤੇ ਟ੍ਰਿਪਲ ਕਾਲਮ ਦੇ ਤਿੰਨ ਅਡਾਡ ਨਿਊਮੈਰਿਕਲ ਤੁਹਾਡੇ ਨਾਲ ਡਿਟੇਲ ਦੇ ਵਿੱਚ ਮੈਂ ਸ਼ੇਅਰ ਕਰੂੰਗਾ ਤੇ ਬਹੁਤ ਸਾਰੀ ਹੋਰ ਇਨਫੋਰਮੇਸ਼ਨ ਤੇ ਨਾਲ ਹੀ ਤੁਹਾਨੂੰ ਦੱਸੀ ਜਾਏਗੀ ਕਾਉਂਟਰ ਐਂਟਰੀ ਕੀ ਹੁੰਦੀ ਹੈ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ लेट्स ਮੂਵ ਅਹੈਡ ਵਿਦ ਮੀ ਵਿਦ ਟੂਡੇਜ਼ ਕੰਟੈਂਟ ਯਸ ਸਟੂਡੈਂਟ ਕੈਸ਼ ਬੁੱਕ ਐਂਡ ਇਟਸ ਟਾਈਪਸ ਇੱਕ ਇਹ ਉਹ ਟਾਪਿਕ ਹੈ ਜਿਹੜਾ ਮੈਂ ਇਸ ਤੋਂ ਪਹਿਲਾਂ ਵਾਲੀ ਵੀਡੀਓ 'ਚ ਡਿਟੇਲ ਦੇ ਵਿੱਚ ਸ਼ੇਅਰ ਕੀਤਾ ਹੈ ਉਹਨੂੰ ਦੇਖਣਾ ਨਾ ਭੁੱਲੋ ਜੇਕਰ ਇਨਫੋਰਮੇਸ਼ਨ ਤੁਹਾਡੇ ਕੋਲ ਨਹੀਂ ਹੈ ਕੈਸ਼ ਬੁੱਕ ਕੀ ਹੈ ਕੈਸ਼ ਬੁੱਕ ਇਜ਼ ਆ ਪ੍ਰਾਇਮਰੀ ਬੁੱਕ ਆਫ origignal ਐਂਟਰੀ ਇਨਕਲੂਡਸ ਆਲ ਕੈਸ਼ ट्रांजੈਕਸ਼ਨਸ ਐਂਡ ਬੈਂਕ ट्रांजੈਕਸ਼ਨਸ ਕੈਸ਼ ਤੇ ਬੈਂਕ ਦੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ origignal ਜਾਂ ਪ੍ਰਾਇਮਰੀ ਐਂਟਰੀ ਬੁੱਕ ਹੈ ऑल और सीट्स आर रिकॉर्डेड ऑन डेबिट साइड एंड ऑल पेमेंट्स आर रिकॉर्डेड ऑन क्रेडिट साइड ऑफ कैश बुक कैश बुक दी डेबिट साइड ते सारीया प्राप्तियां ਤੇ क्रेडिट साइड दे सारे भुगतान ਜਿਹਨੂੰ ਪੇਮੈਂਟਸ ਕਹਿੰਦੇ ਨੇ ਉਹ ਦਿਖਾਏ ਜਾਂਦੇ ਨੇ ਇਟ इज अ सब्सिडियरी बुक एज़ वेल एज वी कैन से इट्स अ प्रिंसिपल बुक ऑफ ओरिजिनल एंट्री ओरिजिनल एंट्री ਕਿਉਂ ਹੈ ਇਹਦੇ ਬਾਰੇ ਮੈਂ ਦੱਸਿਆ ਇਸ ਤੋਂ ਪਹਿਲਾਂ ਵਾਲੀ ਵੀਡੀਓਜ਼ ਦੁਬਾਰਾ ਫਿਰ ਦੱਸ ਦਿੰਦਾ ਕਿਉਂਕਿ ਡਾਇਰੈਕਟਲੀ ਐਂਟਰੀ ਇਹਦੇ ਵਿੱਚ ਹੁੰਦੀ ਹੈ ਜਿਹੜੀ ਕੈਸ਼ ਦੇ ਨਾਲ ਰਿਲੇਟਡ ਹੈ ਤੇ ਵਾਊਚਰ ਤੋਂ ਦੇਖ ਕੇ ਹੁੰਦੀ ਹੈ ਉਹ ਉਹਦੇ ਬਾਰੇ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਹੋ ਟਾਈਪਸ ਆਫ ਕੈਸ਼ ਬੁੱਕ ਇੱਕ ਵਾਰੀ ਜਲਦੀ ਜਲਦੀ ਦੇਖੀਏ ਸਿੰਗਲ ਕਾਲਮ ਕੈਸ਼ ਬੁੱਕ ਡਬਲ ਕਾਲਮ ਟਰिपल ਕਾਲਮ ਤੇ ਪੈਟੀ ਕੈਸ਼ ਬੁੱਕ ਡੀਅਰ ਸਟੂਡੈਂਟ ਕਿਉਂਕਿ ਟਾਪਿਕ ਬਹੁਤ ਇੰਪੋਰਟੈਂਟ ਹੈ ਪੈਟੀ ਕੈਸ਼ ਬੁੱਕ ਦੇ ਬਾਰੇ ਡਿਟੇਲ ਦੇ ਵਿੱਚ ਨੰਮੈਰਿਕਲ ਕੁਐਸਚਨ ਮੈਂ ਨੈਕਸਟ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਅਸ ਸਾਡਾ ਜਿਹੜਾ ਟਾਪਿਕ ਹੈ ਕੈਸ਼ ਬੁਕਸ ਦੇ ਉੱਤੇ ਹੈ ਜਿਹੜੀਆਂ ਤਿੰਨੇ ਸਿੰਗਲ ਕਾਲਮ ਕੈਸ਼ ਬੁੱਕ ਡਬਲ ਕਾਲਮ ਕੈਸ਼ ਬੁੱਕ ਤੇ ਟਰिपल ਕਾਲਮ ਕੈਸ਼ ਬੁੱਕ ਦੇ ਨੰਮੈਰਿਕਲ ਕੁਐਸ ਇੱਕ ਵਾਰੀ ਜਲਦੀ ਜਲਦੀ ਆਪਾਂ ਫਾਰਮੈਟ ਦੇਖੀਏ ਜਦੋਂ ਕਿ ਇਸ ਤੋਂ ਪਹਿਲਾਂ ਦੀ ਵੀਡੀਓ ਚ ਮੈਂ ਡਿਟੇਲਸ ਵੀ ਦੱਸਿਆ ਵਾ ਇੱਕ ਵਾਰੀ ਫੇਰ ਸਭ ਤੋਂ ਪਹਿਲਾ ਫਾਰਮੈਟ ਹੈ ਸਿੰਗਲ ਕਾਲਮ ਡੈਬਿਟ ਸਾਈਡ ਹਰੇਕ ਕੈਸ਼ ਬੁੱਕ ਚ ਹੈ ਸਿੰਗਲ ਹੈ ਡਬਲ ਹੈ ਜਾਂ ਟਰिपल ਡੈਬਿਟ ਸਾਈਡ ਮੈਂ ਇੱਕ ਵਾਰੀ ਦੱਸਦਾ ਦੁਬਾਰਾ ਫੇਰ ਰਸੀਡ ਸਾਈਡ ਹੁੰਦੀ ਹੈ ਜਿੱਥੇ ਸਾਨੂੰ ਚੀਜ਼ਾਂ ਪੈਸੇ ਪ੍ਰਾਪਤ ਹੋ ਰਹੇ ਨੇ ਤੇ ਜਿਹੜੀ ਕ੍ਰੈਡਿਟ ਸਾਈਡ ਹੈ ਉਹ ਪੇਮੈਂਟ ਸਾਈਡ ਹੈ ਇਹ ਯਾਦ ਰੱਖਿਓ ਤਿੰਨੋਂ ਫਾਰਮੈਟ ਦੇ ਵਿੱਚ ਸਭ ਤੋਂ ਪਹਿਲਾ ਕਾਲਮ ਕੈਸ਼ ਬੁੱਕ ਦਾ ਡੈਬਿਟ ਸਾਈਡ ਡੇਟ ਪਾਰਟਿਕੁਲਰਸ ਲੈਜਰ ਫੋਲੀਓ ਅਮਾਉਂਟ ਸੇਮ ਕਾਲਮ ਕ੍ਰੈਡਿਟ ਸਾਈਡ ਦੇ ਹੁੰਦੇ ਨੇ ਡੇਟ ਪਾਰਟੀਕੂਲਰ ਲੈਜਰ ਫਾਲੋਅ ਐਂਡ ਅਮਾਉਂਟ ਇੱਕ ਤੁਸੀਂ ਦੇਖ ਰਹੇ ਹੋ ਮੈਂ ਇੱਥੇ VN ਲਿਖ ਰੱਖਿਆ ਯਸ ਇਹ ਵੀ ਤੁਸੀਂ ਦੇਖੋਗੇ ਕਈ ਵਾਰ ਬੁਕਸ ਦੇ ਵਿੱਚ ਕੰਟੈਂਟ ਦੇ ਵਿੱਚ ਤੇ ਪ੍ਰੈਕਟੀਕਲੀ ਵੀ ਵਾਊਚਰ ਨੰਬਰ ਦਾ ਕਾਲਮ ਹੁੰਦਾ ਹੈ ਵਾਊਚਰ ਨੰਬਰ ਤੋਂ ਹੀ ਦੇਖ ਕੇ ਹੈੱਡ ਕੈਸ਼ੀਅਰ ਜਾਂ ਕੈਸ਼ੀਅਰ ਜਿਹੜਾ ਕੈਸ਼ ਬੁੱਕ ਬਣਾਉਂਦਾ ਹੈ ਉਹ ਕੈਸ਼ ट्रांजੈਕਸ਼ਨਸ ਨੂੰ ਰਿਕਾਰਡ ਕਰਦਾ ਹੈ ਓਕੇ ਉਸ ਤੋਂ ਬਾਅਦ ਡਬਲ ਕਾਲਮ ਦੇ ਵਿੱਚ ਕੀ ਹੁੰਦਾ ਸਾਰੇ ਕਾਲਮ ਸੇਮ ਨੇ ਕੈਸ਼ ਕਾਲਮ ਵੀ ਹੈ ਜਿਵੇਂ ਇਹਦੇ ਵਿੱਚ ਅਮਾਉਂਟ ਮੀਨਸ ਕੈਸ਼ ਕਾਲਮ ਹੀ ਹੁੰਦਾ ਹੈ ਸਿੰਗਲ ਕਾਲਮ ਜਿਵੇਂ ਦੱਸਿਆ ਸੀ ਇੱਥੇ ਕੈਸ਼ ਮਤਲਬ ਅਮਾਉਂਟ ਹੀ ਹੈ ਤੇ ਇੱਥੇ ਡਿਸਕਾਊਂਟ ਵੀ ਹੋ ਸਕਦਾ ਹੈ ਇੱਥੇ ਬੈਂਕ ਵੀ ਹੋ ਸਕਦਾ ਹੈ ਡਬਲ ਕਾਲਮ ਇਸ ਕਾਲਮ ਕਾਲਮ ਦੋ ਹੋਣ ਕਿਹੜੇ-ਕਿਹੜੇ ਹੋ ਸਕਦੇ ਨੇ ਕੈਸ਼ ਤੇ ਬੈਂਕ ਦੇ ਕਾਲਮ ਵੀ ਹੋ ਸਕਦੇ ਨੇ ਬੈਂਕ ਤੇ ਡਿਸਕਾਊਂਟ ਦੇ ਵੀ ਹੋ ਸਕਦੇ ਨੇ ਕੈਸ਼ ਤੇ ਡਿਸਕਾਊਂਟ ਦੇ ਵੀ ਬਸ ਓਨਲੀ ਟੂ ਕਾਲਮਸ ਓਨ ਈਚ ਸਾਈਡ ਟੂ ਸ਼ੋ ਦਾ ਅਮਾਉਂਟ ਹਾਂਜੀ ਡਿਸਕਾਊਂਟ ਤੇ ਕੈਸ਼ ਡੈਬਿਟ ਸਾਈਡ ਤੇ ਇਸੇ ਤਰ੍ਹਾਂ ਕ੍ਰੈਡਿਟ ਸਾਈਡ ਤੇ ਸੇਮ ਕਾਲਮ ट्रिपल कॉलम कैश बुक ट्रिपल कॉलम कैश बुक ਦੇ ਵਿੱਚ ਡੇਟ ਪਾਰਟੀਕੂਲਰ ਲੈਜਰ ਫੋਲੀਓ ਇਹਦਾ ਕਾਲਮ ਸੇਮ ਨੇ ਦੋਨੋਂ ਸਾਈਡ ਤੇ ਡੈਬਿਟ ਤੇ ਕ੍ਰੈਡਿਟ ਸਾਈਡ ਤੇ ਤਿੰਨ ਕਾਲਮ ਕਿਹੜੇ ਹੁੰਦੇ ਨੇ ਫਿਰ ਡਿਸਕਾਊਂਟ ਕੈਸ਼ ਤੇ ਬੈਂਕ ਇਸ ਕੈਸ਼ ਬੁੱਕ ਦੇ ਵਿੱਚ ਤਿੰਨੋਂ ਇਕੱਠੇ ਆ ਜਾਂਦੇ ਨੇ ਕਾਲਮ ਡਿਸਕਾਊਂਟ ਕੈਸ਼ ਐਂਡ ਬੈਂਕ ਇਹ ਸੀ ਫਾਰਮੈਟ ਨੈਕਸਟ ਵਨ ਨੰਮਰਿਕਲ ਕੁਐਸਚਨ ਇੱਕ ਗੱਲ ਸਾਫ਼ ਹੈ ਨਿਊਮੈਰੀਕਲ ਕੁਐਸਚਨ ਤੋਂ ਪਹਿਲਾਂ ਪਤਾ ਹੋਏਗਾ ਡੈਬਿਟ ਸਾਈਡ ਤੇ 2 ਦੇ ਨਾਲ ਕ੍ਰੈਡਿਟ ਸਾਈਡ ਤੇ ਬਾਏ ਦੇ ਨਾਲ ਅਸੀਂ ਰਿਕਾਰਡ ਕਰਦੇ ਹਾਂ ਕੈਸ਼ ਜਾਂ ਬੈਂਕ ਦੇ ਉੱਤੇ ਜਿਸ ਟ੍ਰਾਂਜੈਕਸ਼ਨ ਦਾ ਇਫੈਕਟ ਪੈਂਦਾ ਹੈ ਜਿਸ ਅਕਾਊਂਟ ਦਾ ਇਫੈਕਟ ਪੈਂਦਾ ਹੈ ਨੋਟ ਓਨਲੀ ਟ੍ਰਾਂਜੈਕਸ਼ਨ ਕੈਸ਼ ਜਾਂ ਬੈਂਕ ਅਕਾਊਂਟ ਜਾਂ ਡਿਸਕਾਊਂਟ ਦੇ ਉੱਪਰ ਜਿਸ ਦੂਸਰੇ ਅਕਾਊਂਟ ਦਾ ਇਫੈਕਟ ਪੈਂਦਾ ਹੈ ਉਹਨੂੰ ਅਸੀਂ 2 ਜਾਂ ਬਾਏ ਦੇ ਨਾਲ ਕਿਸੇ ਵੀ ਟਾਈਪ ਦੀ ਕੈਸ਼ ਬੁੱਕ 'ਚ ਦਿਖਾਉਂਦੇ ਹਾਂ ਨਿਊਮੈਰੀਕਲ ਕੁਐਸਚਨ ਫॉर ਸਿੰਗਲ ਕਾਲਮ ਕੈਸ਼ ਬੁੱਕ ਦੀ ਇੱਕ ਐਗਜ਼ਾਮਪਲ ਹੈ ਐਂਟਰ ਦਾ ਫਾਲੋਇੰਗ ਟ੍ਰਾਂਜੈਕਸ਼ਨ ਇਨ ਸਿੰਪਲ ਔਰ ਸਿੰਗਲ ਕਾਲਮ ਕੈਸ਼ ਬੁੱਕ 4 ਦਸੰਬਰ 2014 ਕੁਐਸਚਨ ਇੱਕ ਵਾਰੀ ਪੜ ਲਓ ਅੱਗੇ ਫਿਰ ਮੈਂ ਇਹਦਾ ਸੋਲਵ ਕਿਵੇਂ ਕਰਨਾ ਹੈ ਉਹ ਦਿਖਾਣਾ ਹੈ ਜੇ ਕੁਐਸਚਨ ਦੀ ਮਾਰਕਸ ਹੋਏਗਾ ਉੱਥੇ ਸਮਝਣਾ ਆਸਾਨ ਹੋਏਗਾ ਕੈਸ਼ ਇਨ ਹੈਂਡ ਦਿੱਤਾ ਹੋਇਆ ਹੈ ਦੈਟ ਇਜ਼ ਓਪਨਿੰਗ ਬੈਲੈਂਸ ਜੋ ਕੈਸ਼ ਇਨ ਹੈਂਡ ਹੁੰਦਾ ਹੈ ਇਹ ਓਪਨਿੰਗ ਬੈਲੈਂਸ ਹੁੰਦਾ ਹੈ ਪੇਡ ਟੂ ਸੋਨੂ ਸੋਨੂ ਨੂੰ ਪੇਮੈਂਟ ਕੀਤੀ ਹੈ ਕੈਸ਼ ਦੀ ਪਰਚੇਸ ਗੁੱਡਸ ਕੈਸ਼ ਪਰਚੇਸ ਕੀਤੀ ਗਈ ਹੈ ਰਿਸੀਵਡ ਕੈਸ਼ ਫॉर ਪ੍ਰਕਾਸ਼ ਫਰਮ ਪ੍ਰਕਾਸ਼ ਪ੍ਰਕਾਸ਼ ਤੋਂ ਕੈਸ਼ ਪ੍ਰਾਪਤ ਹੋਇਆ ਹੈ ਬਿਜ਼ਨਸ ਦਾ ਕੋਈ ਕਸਟਮਰ ਹੋਣਾ ਕੈਸ਼ ਸੇਲ ਸੇਲ ਕੀਤੀ ਹੈ ਕੈਸ਼ ਕੀਤੀ ਹੈ ਪੇਡ ਟੂ ਐਸ ਕੁਮਾਰ ਐਸ ਕੁਮਾਰ ਕੋਈ ਵਿਅਕਤੀ ਸੀ ਜਿਹਨੂੰ ਪੇਮੈਂਟ ਕਰਨੀ ਸੀ ਬਿਜ਼ਨਸ ਦਾ ਕ੍ਰੈਡਿਟਰ ਉਹਨੂੰ ਪੇਮੈਂਟ ਕਰਦੀ ਐਂਡ ਪੇਡ ਰੈਂਟ ਰੈਂਟ ਪੇ ਕਰਦਾ ਤੇ ਇਹ ਉਹਨਾਂ ਹਰੇਕ ट्रांजੈਕਸ਼ਨਸ ਦੇ ਨਾਲ ਅਮਾਉਂਟ ਕਿੰਨਾ ਹੈ ਤੇ ਨਾਲ ਡੇਟ ਦਿੱਤੀ ਵੀ ਹੈ ਆਓ ਦੇਖੀਏ ਹੁਣ ਸਿੰਗਲ ਕਾਲਮ ਕੈਸ਼ ਰੂਕ ਦੇ ਵਿੱਚ ਇਹਦੀ ਰਿਕਾਰਡਿੰਗ ਕਿਵੇਂ ਕਰਦੇ ਸਭ ਤੋਂ ਪਹਿਲਾਂ ਡੀਅਰ ਸਟੂਡੈਂਟ ਮੈਂ ਤੁਹਾਡੀ ਸੁਵਿਧਾ ਲਈ ਸੇਮ ਕੁਐਸਚਨ ਇੱਥੇ ਵੀ ਲਿਖਿਆ ਹੈ ਕਲੀਅਰ ਕਾਲਮ ਬਣਾ ਲੈ ਇਰ ਰਸੀਟ ਐਂਡ ਪੇਮੈਂਟ ਅਸੀਂ ਲਿਖਣਾ ਨਹੀਂ ਹੁੰਦਾ ਤੁਹਾਡੀ ਜਾਣਕਾਰੀ ਲਈ ਦੱਸਿਆ ਜਿਹੜਾ ਮੈਂ ਰਸੀਟ ਤੇ ਪੇਮੈਂਟ ਲਿਖਿਆ ਹੋਇਆ ਹੈ ਫਾਰਮੈਟ ਤਿਆਰ ਕੀਤਾ ਡੇਟ ਪਾਰਟਿਕੂਲਰ ਲੈਜਰ ਫੋਲਿਓ ਅਮਾਉਂਟ ਸੇਮ ਕ੍ਰੈਡਿਟ ਸਾਈਡ ਦੇ ਕਾਲਮ ਡੈਬਿਟ ਸਾਈਡ ਰਸੀਟ ਸਾਈਡ ਹੁੰਦੀ ਹੈ ਕ੍ਰੈਡਿਟ ਸਾਈਡ ਪੇਮੈਂਟ ਬਟ ਇਹ ਲਿਖਣਾ ਨਹੀਂ ਹੈਗਾ ਧਿਆਨ ਰੱਖਿਓ ਫਾਰਮੈਟ ਦੇ ਵਿੱਚ ਸਮਝਾਣ ਲਈ ਆ ਇਹ ਸਭ ਤੋਂ ਪਹਿਲਾਂ ਬੈਲੈਂਸ ਕੈਸ਼ ਦਾ ਬੈਲੈਂਸ ਹਮੇਸ਼ਾ ਡੈਬਿਟ ਹੁੰਦਾ ਹੈ ਦਿਮਾਗ 'ਚ ਰੱਖੋ ਇਹਦਾ ਮਤਲਬ ਪਿਛਲਾ ਬੈਲੈਂਸ ਚ ਲੈ ਆ ਰਹੇ ਉਹਨੂੰ ਆਪਾਂ ਨੇ ਅੱਗੇ ਲੈਂਦਾ ਹੈ ਦੈਟ ਇਜ਼ ਕੈਸ਼ ਇਨ ਹੈਂ he has that information ke business 콜 ਇਨਾ ਕੈਸ਼ ਹੈ ਬੈਲੈਂਸ ਦੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਦਿਸੰਬਰ 1st ਟੂ ਬੈਲੈਂਸ ਬਰੋਕਡਾਊਨ 7750 ਅਸੀਂ ਬੈਲੈਂਸ ਬਰੋਕਡਾਊਨ ਕਰ ਲਿਆ ਨੈਕਸਟ ਪੇਡ ਟੂ ਸੋਨੂ ਸੋਨੂ ਨੂੰ ਪੇ ਕੀਤਾ ਹੈ ਪੇਮੈਂਟ ਸਾਈਡ ਦੇ ਉੱਤੇ 6 ਦਿਸੰਬਰ 2200 ਨੂੰ ਕਿਉਂਕਿ ਕੈਸ਼ ਤੇ ਇਫੈਕਟ ਕੀਦਾ ਪਿਆ ਹੈ ਸੋਨੂ ਦੇ ਅਕਾਊਂਟ ਦਾ ਕੈਸ਼ ਬੁੱਕ ਦੇ ਵਿੱਚ ਅਸੀਂ ਉਹ ਸਾਰੇ ਅਕਾਊਂਟ ਸ਼ੋ ਕਰਨੇ ਨੇ ਡੈਬਿਟ ਜਾਂ ਕ੍ਰੈਡਿਟ ਸਾਈਡ ਤੇ ਜਿਹੜੇ ਕੈਸ਼ ਨੂੰ ਇਫੈਕਟਡ ਕਰ ਰਹੇ ਨੇ ਜਿਸ ਕਰਕੇ ਕੈਸ਼ ਦੀ ਪੇਮੈਂਟ ਹੋਈ ਹੈ ਜਿਸ ਅਕਾਊਂਟ ਦੇ ਕਾਰਨ ਜਾਂ ਕੈਸ਼ ਰਸੀਵ ਹੋਇਆ ਹੈ ਪੇਡ ਟੂ ਸੋਨੂ ਸੋਨੂ ਨੂੰ ਪੇਮੈਂਟ ਕੀਤੀ ਹੈ 45 ਰੁਪੀ ਦੀ ਬਾਏ ਸੋਨੂ 45 ਅਗੇ ਹੈ ਪਰਚੇਸ ਗੁੱਡਸ ਗੁੱਡਸ ਪਰਚੇਸ ਕੀਤੀਆਂ ਨੇ ਫਿਰ ਪੇਮੈਂਟ ਪੈ ਗਈ ਕਿਉਂਕਿ ਬਿਜ਼ਨਸ ਨੂੰ ਪੈਸੇ ਦੇਣੇ ਪੈਗੇ ਜਦੋਂ ਪਰਚੇਸ ਕੀਤੀ ਹੈ ਕੈਸ਼ ਪਰਚੇਸ ਹੈ ਬਾਏ ਪਰਚੇਸ 600 ਨੈਕਸਟ ਹੈ ਰਸੀਵਡ ਕੈਸ਼ ਫਰੋਮ ਪ੍ਰਕਾਸ਼ ਪ੍ਰਕਾਸ਼ ਤੋਂ ਕੈਸ਼ ਪ੍ਰਾਪਤ ਹੋਇਆ ਥੈਟ ਇਜ਼ ਅ ਰਸੀਵਿੰਗ ਸਾਈਡ ਪ੍ਰਾਪਤ ਵਾਲੇ ਪਾਸੇ ਡੈਬਿਟ ਸਾਈਡ ਤੇ ਦਿਖਾਵਾਂਗੇ ਜੇ ਕਿਸ ਤੋਂ ਪ੍ਰਾਪਤ ਹੋਇਆ ਪ੍ਰਕਾਸ਼ ਤੋਂ ਡੈਬਿਟ ਸਾਈਡ ਤੇ 2 ਦੇ ਨਾਲ 2 ਪ੍ਰਕਾਸ਼ 960 ਕ੍ਰੈਡਿਟ ਸਾਈਡ ਬਾਈ ਨਾਲ ਡੈਬਿਟ ਸਾਈਡ 2 ਨਾਲ ਜਿਵੇਂ ਅਸੀਂ ਲੈਜਰ ਪੋਸਟਿੰਗ ਦੇ ਵਿੱਚ ਵੀ ਕੀਤਾ ਹੋਇਆ ਹੁੰਦਾ ਉਸ ਤੋਂ ਬਾਅਦ ਹੈ ਕੈਸ਼ ਸੇਲ 20th ਦਸੰਬਰ ਦੀ ਐਂਟਰੀ ਹੈ ਕੈਸ਼ ਸੇਲ ਕੈਸ਼ ਸੇਲ ਕੀਤੀ ਹੈ ਤਾਂ 2 ਸੇਲ ਕਿਉਂਕਿ ਸੇਲ ਕੀਤੀ ਤਾਂ ਕੈਸ਼ ਆ ਗਿਆ ਰਸੀਟ ਹੋਇਆ ਕੈਸ਼ ਜਦੋਂ ਕੈਸ਼ ਰੀਸੀਵ ਹੋ ਰਿਹਾ ਤਾਂ ਰਸੀਟ ਸਾਈਡ ਦੇ ਉੱਤੇ ਆ ਗਿਆ ਨੈਕਸਟ ਵਨ ਹੈ ਸਾਡੇ ਕੋਲ ਪੇਡ ਟੂ ਐਸ ਕੁਮਾਰ ਐਸ ਕੁਮਾਰ ਨੂੰ ਪੇਮੈਂਟ ਕੀਤੀ ਹੈ ਯੈਸ 1200 ਰੁਪੀ ਐਸ ਕੁਮਾਰ ਨੂੰ ਪੇਮੈਂਟ ਕਰਤੀ ਪੇਮੈਂਟ ਸਾਈਡ ਦੇ ਉੱਤੇ ਬਾਏ ਐਸ ਕੁਮਾਰ ਨੈਕਸਟ ਲਾਸਟ ਵਨ ਹੈ ਪੇਡ ਰੈਂਟ ਰੈਂਟ ਪੇ ਕਰਤਾ ਬਾਏ ਰੈਂਟ ਕਲੀਅਰ ਇਹ ਪੋਸਟਿੰਗ ਹੈ रिकॉर्डिंग है नॉट ओनली पोस्टिंग पोस्टिंग इन लेजर लेजर ਦੇ ਵਿੱਚ ਜੋ ਅਸੀਂ ਪ੍ਰੋਸੈਸ ਕਰਦੇ ਹਾਂ ਕਿਸੇ ਚੀਜ਼ ਨੂੰ ਲਿਖਣ ਦਾ दैट इज पोस्टिंग ਕਿਉਂਕਿ ਕੈਸ਼ ਬੁੱਕ ਆਪਣੇ ਆਪ ਦੇ ਵਿੱਚ ओरिजिनल ਐਂਟਰੀ ਬੁੱਕ ਹੈ ਦੇ ਵਿੱਚ ਜੋ ਕੁਝ ਲਿਖ ਰਹੇ ہیں दैट इज रिकॉर्डिंग ओके ਹੁਣ ਸਟੂਡੈਂਟ ਟਾਈਮ ਆ ਗਿਆ ਤੁਸੀਂ ਦੇਖ ਰਹੇ ਹੋਵੋਗੇ ਕਿ ਅਸੀਂ ਸਟਾਰਟਿੰਗ ਦੇ ਵਿੱਚ ਬੈਲੈਂਸ ਜਾਣਿਆ ਸੀ ਕਿ ਸਾਡੇ ਕੋਲ ਇੰਨਾ ਕੈਸ਼ ਇਨ ਹੈਂਡ ਹੈ ਤੇ 31 डिसेंबर ਨੂੰ ਕਿੰਨਾ ਕੈਸ਼ ਇਨ ਹੈਂਡ ਹੈ ਇਹਦਾ ਮਤਲਬ ਕੈਸ਼ ਬੁੱਕ ਦਾ ਸਾਨੂੰ ਬੈਲੈਂਸ ਕਰਨਾ ਪਏਗਾ ਉਹਦਾ ਬੈਲੈਂਸ ਕਿਵੇਂ ਹੁੰਦਾ ध्यान न समझो मेरी गल सारे डेबिट साइड का टोटल करा पहला रफली डेबिट साइड का जो टोटल किया नाइन थााउसेंड टू हंड टैन आ गया कैश कॉलम है क्योंकि जिथे अमाउंट लिखा हुआ है दैट इज कैश कॉलम ध्यान रखियो क्योंकि कैश शो कर रहे हैं कैश का हमेशा डेबिट बैलेंस होंगे पेल्ला डैबिट टोटल किया डैबिट टोटल आ गया नाइन थााउसेंड टू हंड्रड टेन फिर असी क्रैडिट साइड से जो बाय सोनू परचेज एस कुमार से तिनाद का टोटल किया डीयर स्टूडेंट्स ये आ गया टू थाउजेंड 445 मैं थे देखो, इन कर सीए सी पाव संतुलन चीजिए जो अस जो डिफरेंस आया्ड करता सिक्स थाउजेंड सैवन हंड्रिक्स तो नैचुर इस साइड का टोटल भी बैलेंसड रूप थाउजेंड टू हंड्रड टेन हो गया नौ हजार दो सौ दस दोनों साइड में बैलेंसड कर लिया बट बैलेंस इज दिस वन 6,765 ए बैलेंस आ गया कैशबुक का यही कैश इन हैंड है ओके हूँ ध्यान रखो मैं एक इत बड़ा हाईलाइटर दिता है बड़ा इंपोर्टेंट डेबिट टोटल इज मोर दैन क्रैडिट टोटल क्योंकि सानू पता है कैशबुक या किसी भी अकाउंट का जेकर डैबिट टोटल ज्यादा क्रैडिट तो जिन्ना भी बैलेंस आंधा जिमें इत आया छे हज़ार सत्त सौ सेम बैलेंस डेबिट बैलेंस ਕਹਾਏਗਾ ਜੇ डेबिट ਟੋਟਲ ਜ਼ਿਆਦਾ ਹੈ ਤੇ ਜੇ ਕ੍ਰੈਡਿਟ ਟੋਟਲ ਜ਼ਿਆਦਾ ਹੁੰਦਾ ਫਿਰ ਜਿਹੜਾ ਬੈਲੈਂਸ ਆਂਦਾ ਉਹਨੂੰ ਕ੍ਰੈਡਿਟ ਬੈਲੈਂਸ ਕਹਿੰਦੇ ਨੇ ਇਹ ਕਲੀਅਰ ਹੈ यस ਇਹ ਬੜਾ ਵੱਡਾ ਦਿਮਾਗ ਚ ਆਂਦਾ ਹੈ ਬੱਚਿਆਂ ਦੇ ਕਿ डेबिट बैलेंस ਹੈ ਕ੍ਰੈਡਿਟ ਸਾਈਡ ਤੇ ਕਿਉਂ ਦਿਖਾਇਆ ਕਿਉਂਕਿ ਅਸੀਂ ਅਕਾਊਂਟ ਨੂੰ ਬੈਲੈਂਸਡ ਕਰ ਰਹੇ ਹਾਂ ਸੰਤੁਲਿਤ ਕਰ ਰਹੇ ਹਾਂ ਸੰਤੁਲਿਤ ਕਰਨ ਦੇ ਲਈ ਇਹ ਬੈਲੈਂਸ ਇੱਥੇ ਜਿਹੜਾ ਡਿਫਰੈਂਸ ਹੈ ਸੀ ਉਹ ਸ਼ੋ ਕੀਤਾ ਦੋਨੋਂ ਸਾਈਡ ਬਰਾਬਰ ਹੋ ਗਏ ਤੇ ਹੁਣ ਜਦੋਂ 1 ਜਨਵਰੀ ਨੂੰ ਜਦੋਂ ਕੈਸ਼ ਬੁੱਕ ਸ਼ੁਰੂ ਹੋਏਗੀ 31ਸ ਨੰਬਰ ਤੋਂ ਬਾਅਦ ਸੇਮ ਬੈਲੈਂਸ ਟੂ ਬੈਲੈਂਸ ਬਰੋਟ ਡਾਊਨ ਅੱਗੇ ਆ ਜਾਏਗਾ ਜਿਵੇਂ ਅਸੀਂ 1 ਡਿਸੰਬਰ ਵਾਲਾ ਬੈਲੈਂਸ ਦਿਖਾਇਆ ਸੀ ਇਹ ਬੈਲੈਂਸ ਦਾ ਕਨਸੈਪਟ ਬੜਾ ਇੰਪੋਰਟੈਂਟ ਹੁੰਦਾ ਹੈ ਸਟੂਡੈਂਟਸ ਧਿਆਨ ਨਾਲ ਇਸ ਚੀਜ਼ ਨੂੰ ਸਿੱਖੋ ਪਹਿਲਾਂ ਡੈਬਿਟ ਸਾਈਡ ਦਾ ਟੋਟਲ ਕੀਤਾ ਫਿਰ ਕ੍ਰੈਡਿਟ ਸਾਈਡ ਦੀ ਜਿੰਨੀ ट्राਨੈਕਸ਼ਨਸ ਹੋ ਚੁੱਕੀਆਂ ਸੀ ਉਹਦਾ ਟੋਟਲ ਕੀਤਾ ਡਿਫਰੈਂਸ ਅਸੀਂ ਜਦੋਂ ਅਸੀਂ ਕੀਤਾ ਕ੍ਰੈਡਿਟ ਸਾਈਡ ਦਾ ਕਿਉਂਕਿ 2445 ਸੀ ਤਾਂ ਡਿਫਰੈਂਸ ਆਇਆ 6765 ਇਹ ਡਿਫਰੈਂਸ ਇੱਥੇ ਸ਼ੋ ਕੀਤਾ ਦੋਨੋਂ ਸਾਈਡ ਦਾ ਟੋਟਲ ਮਿਲਾਤਾ ਇਹਦੇ ਨਾਲ ਤੇ ਇਹਨੂੰ ਐਜ਼ ਅ ਬੈਲੈਂਸ ਸ਼ੋ ਕਰਤਾ ਕਿਉਂਕਿ ਡੈਬਿਟ ਸਾਈਡ ਦਾ ਟੋਟਲ ਜ਼ਿਆਦਾ ਸੀ ਇਸ ਕਰਕੇ ਦਿਖਾਇਆ ਜ਼ਰੂਰ ਕ੍ਰੈਡਿਟ ਸਾਈਡ ਤੇ ਬਟ ਇਟ ਇਜ਼ ਡੈਬਿਟ ਬੈਲੈਂਸ ਤੇ ਸੇਮ ਬੈਲੈਂਸ 1 ਜਨਵਰੀ ਨੂੰ ਐਜ਼ ਅ ਓਪਨਿੰਗ ਬੈਲੈਂਸ ਜਿਵੇਂ ਕੁਐਸਚਨ ਦੇ ਵਿੱਚ ਕੈਸ਼ ਇਨ ਹੈਂਡ ਲਿਖਿਆ ਸੀ ਸੇਮ ਬੈਲੈਂਸ ਬਣ ਗਿਆ ਇਟ ਇਜ਼ ਵੀ ਕੈਨ ਨੋ ਵੀ ਸ਼ੁੱਡ ਨੋ ਦੈਟ ਇਟ ਇਜ਼ ਆਲਸੋ ਨੋਨ ਐਜ਼ ਕੈਸ਼ ਇਨ ਹੈਂਡ ਸਾਡੇ ਕੋਲ 1 ਜਨਵਰੀ ਨੂੰ 6765 ਰੁਪਏ ਕੈਸ਼ ਇਨ ਹੈਂਡ ਹੋ ਗਿਆ ਇਹ ਹੈ ਇੱਕ ਡਿਟੇਲਡ ਸਿੰਗਲ ਕਾਲਮ ਕੈਸ਼ ਬੁੱਕ ਕਲੀਅਰ ਸ੍ਰੀ ਆਓ ਹੁਣ ਅੱਗੇ ਵਧੀਏ ਨੰਮਰਿਕਲ ਫੋਰ ਡਬਲ ਕਾਲਮ ਕੈਸ਼ ਬੁੱਕ ਡਬਲ ਕਾਲਮ ਕੈਸ਼ ਬੁੱਕ ਕੀ ਹੁੰਦਾ ਜਿੱਥੇ ਅਮਾਉਂਟ ਜਾਂ ਕੈਸ਼ ਵਾਲੇ ਕਾਲਮ ਦੇ ਨਾਲ ਇੱਕ ਕਾਲਮ ਹੋਰ ਹੁੰਦਾ ਉਹ ਡਿਸਕਾਊਂਟ ਦਾ ਵੀ ਹੋ ਸਕਦਾ ਹੈ ਉਹ ਬੈਂਕ ਦਾ ਵੀ ਹੋ ਸਕਦਾ ਹੈ ਧਿਆਨ ਰੱਖਿਓ ਜਾਂ ਕੈਸ਼ ਤੇ ਬੈਂਕ ਦਾ ਹੋ ਸਕਦਾ ਹੈ ਜਾਂ ਕੈਸ਼ ਤੇ ਡਿਸਕਾਊਂਟ ਦਾ ਹੋ ਸਕਦਾ ਹੈ ਜਾਂ ਬੈਂਕ ਤੇ ਡਿਸਕਾਊਂਟ ਦਾ ਕੋਈ ਵੀ ਦੋ ਕਾਲਮ ਤਾਂ ਹੀ ਤਾਂ ਉਹਦਾ ਨਾਮ ਹੈ ਬਸ ਜਸਟ ਹੈ ਡਬਲ ਕਾਲਮ ਕੈਸ਼ ਬੁੱਕ ਕਿਉਂਕਿ ਦੋ ਕਾਲਮ ਹੋਣਗੇ ਜਿੱਥੇ ਅਸੀਂ ਡਿਫਰੈਂਟ ਟਾਈਪ ਦੇ ਅਮਾਉਂਟ ਸ਼ੋ ਕਰਾਂਗੇ ਕਵੈਸਚਨ ਦੇਖੋ ਹੁਣ ਜਲਦੀ ਜਲਦੀ ਐਂਟਰ ਦਾ ਫੋਲੋਇੰਗ ट्रांजੈਕਸ਼ਨ ਇਨ ਟੂ ਕਲਮਰ ਕੈਸ਼ ਬੁੱਕ ਵਿਦ ਕੈਸ਼ ਐਂਡ ਡਿਸਕਾਊਂਟ ਕਲਮ ਨੂੰ ਕਲੀਅਰ ਕਰਤਾ ਕਿ ਕੈਸ਼ ਤੇ ਡਿਸਕਾਊਂਟ ਕਲਮ ਬਣਾਉਣੇ ਨੇ ਬੈਂਕ ਵਾਲਾ ਨਹੀਂ ਹੋਣਾ ਜੇ ਹੋਏਗਾ ਤਾਂ ਅਸੀਂ ਦਿਖਾਣਾ ਨਹੀਂ ਇਹ ਵੀ ਧਿਆਨ ਰੱਖਿਓ ਕਈ ਵਾਰੀ ਉਹ ਸ਼ੋ ਕਰ ਦਿੰਦੇ ਕਿ ਕੈਸ਼ ਤੇ ਬੈਂਕ ਕਲਮ ਬਣਾਓ ਤਾਂ ਸਾਨੂੰ ਸਿਰਫ ਉਹੀ ਬਣਾਉਣੇ ਪੈਣਗੇ ਫਿਰ ਅਸੀਂ ਡਿਸਕਾਊਂਟ ਰਿਫਿਊਜ਼ ਕਰ ਦਾਂਗੇ ਜੇ ਉਹਨੇ ਡਬਲ ਕਲਮ ਕੈਸ਼ ਬੁੱਕ ਹੀ ਹਾਂਜੀ ਸਭ ਤੋਂ ਪਹਿਲਾਂ ਕੈਸ਼ ਬੈਲੈਂਸ ਉਹੀ ਓਪਨਿੰਗ ਬੈਲੈਂਸ ਹੋ ਗਿਆ ਜਿਹਨੂੰ ਕੈਸ਼ ਇਨ ਹੈਂਡ ਕਹਿੰਦੇ ਨੇ ਗੁੱਡ ਗੁੱਡਸ ਸੇਲ ਕੀਤੀਆਂ ਤਾਂ ਉਦਾਰ ਸੇਲ ਤਾਂ ਕਦੇ ਵੀ ਨਹੀਂ ਆਉਂਦੀ ਇਹ ਕੈਸ਼ ਸੇਲ ਹੈ ਕਲੀਅਰ ਰੱਖਿਓ ਕੈਸ਼ ਬੁੱਕ ਚ ਹਮੇਸ਼ਾ ਕੈਸ਼ ਸੇਲ ਆਉਂਦੀ ਹੈ ਜੇ ਕੋਈ ਕ੍ਰੈਡਿਟ ਐਂਟਰੀ ਹੈ ਸੇਲ ਦਾ ਪਰਚੇਸ ਦੀ ਉਹ ਕੈਸ਼ ਬੁੱਕ ਚ ਨਹੀਂ ਆਉਂਦੀ ਤੁਹਾਨੂੰ ਪਤਾ ਹੈ ਨੈਕਸਟ ਬੋਟ ਗੁੱਡਸ ਗੁੱਡਸ ਪਰਚੇਸ ਕਰ ਲੀਆਂ ਪੈਸਾ ਆ ਗਿਆ ਰਸੀਵਡ ਕੈਸ਼ ਫਰੋਮ ਅਨਿਲ ਅਨਿਲ ਤੋਂ ਪੈਸੇ ਰਸੀਵ ਹੋਏ ਨੇ ਤੇ ਉਹਨੂੰ ਡਿਸਕਾਊਂਟ ਅਲਾਉ ਕੀਤਾ ਪੇ ਟੂ ਰਾਮ ਐਂਡ ਕੰਪਨੀ ਰਾਮ ਐਂਡ ਕੰਪਨੀ ਨੂੰ ਪੇ ਕੀਤਾ ਤੇ ਡਿਸਕਾਊਂਟ ਰਸੀਵ ਹੋਇਆ ਪਹਿਲੇ ਜਿਹੜਾ ਡਿਸਕਾਊਂਟ ਕੈਸ਼ਰ ਸੀ ਹੋਇਆ ਸੀ ਤੇ ਅਸੀਂ ਡਿਸਕਾਊਂਟ ਅਲਾਉ ਕੀਤਾ 9 ਜਨਵਰੀ ਦੀ ਐਂਟਰੀ ਚ ਤੇ 11 ਜਨਵਰੀ ਦੀ ਐਂਟਰੀ ਚ ਕੀ ਆਇਆ ਪੇ ਟੂ ਰਾਮ ਐਂਡ ਕੰਪਨੀ ਰਾਮ ਐਂਡ ਕੰਪਨੀ ਨੂੰ ਪੇਮੈਂਟ ਯਸ ਇਹ ਲੈ ਇਹਦੇ ਵਿੱਚ ਦੇਖੋ ਪੇਮੈਂਟ ਕੀਤੀ ਹੈ ਰਾਮ ਐਂਡ ਕੰਪਨੀ ਨੂੰ ਤੇ ਡਿਸਕਾਊਂਟ ਮਿਲ ਗਿਆ ਸੋਲ ਗੁੱਡਸ ਟੂ ਮੋਹਨ ਮੋਹਨ ਨੂੰ ਅਸੀਂ ਗੁੱਡਸ ਸੇਲ ਕੀਤੀਆਂ ਨੇ ਕਲੀਅਰ ਤੇ ਉਸ ਤੋਂ ਬਾਅਦ ਕੈਸ਼ ਸੇਲ ਕੀਤੀ ਹੈ ਵੇਜਸ ਪੇ ਕੀਤੀਆਂ ਨੇ ਵੇਜਸ ਪੇਡ ਪੇ ਟੂ ਸੋਨ ਇਨ ਫੁੱਲ ਸੈਟਲਮੈਂਟ ਆਫ ਹਿਸ ਅਕਾਊਂਟ ਅਕਾਊਂਟ 4000 ਦਾ ਸੀ 3800 ਦੀ ਪੇਮੈਂਟ ਕਰਤੀ ਇਹਦਾ ਮਤਲਬ 200 ਕੀ ਹੋ ਗਿਆ ਡਿਸਕਾਊਂਟ ਰੀਸੀਵਡ ਫਰੋਮ 크੍ਰਿਸ਼ਨ ਆਫਟਰ ਡਿਡਕਟਿੰਗ 2% ਡਿਸਕਾਊਂਟ 4900 ਇਹ ਬੜਾ ਇੰਪੋਰਟੈਂਟ ਹੈ ਮੈਂ ਇਹ ਨੂੰ ਸਮਝਾਣਾ ਚਾਹੁੰਦਾ ਕਿਉਂਕਿ ਇਸ ਤੇ ਬੱਚੇ ਕਨਫਿਊਜ਼ ਹੁੰਦੇ ਨੇ 크੍ਰਿਸ਼ਨ ਤੋਂ ਪੈਸੇ ਮਿਲਨੇ ਸਾਨੂੰ 2% ਡਿਸਕਾਊਂਟ ਘਟਾਉਣ ਤੋਂ ਬਾਅਦ 4900 ਰੁਪਏ ਇਹੋ ਜੇ ਕੁਐਸਚਨ ਦੇ ਵਿੱਚ ਕਨਫਿਊਜ਼ਨ ਕੀ ਹੁੰਦਾ ਫਿਰ ਡਿਸਕਾਊਂਟ ਕਿਵੇਂ ਗੱਡੀ ਹੈ ਜੀ 4900 ਤੇ ਅਸੀਂ ਡਿਸਕਾਊਂਟ ਨਹੀਂ ਕੈਲਕੂਲੇਟ ਕਰਨਾ ਕਿਉਂਕਿ ਇਹ ਡਿਸਕਾਊਂਟ ਤਾਂ ਬਾਅਦ ਦੀ ਰਕਮ ਹੈ ਤਾਂ ਇਹਦਾ ਢੰਗ ਕੀ ਹੁੰਦਾ ਅੱਜ ਮੈਂ ਤੁਹਾਨੂੰ ਉਹ ਸਿਖਾਉਣਾ ਬਹੁਤ ਜ਼ਰੂਰੀ ਸਮਝਦਾ ਬਹੁਤ ਇੰਪੋਰਟੈਂਟ ਹੈ ਦੇਖੋ ਦੋ ਢੰਗ ਨੇ ਜਾਂ ਤਾਂ ਅਸੀਂ ਡਾਇਰੈਕਟਲੀ ਡਿਸਕਾਊਂਟ ਕਰ ਲਈਏ ਡਿਸਕਾਊਂਟ ਦਾ ਫਾਰਮੂਲਾ ਇਹ ਵਾਲਾ ਹੁੰਦਾ ਹੈ ਪਰਸੈਂਟੇਜ ਆਫ ਡਿਸਕਾਊਂਟ ਮਲਟੀਪਲਾਈਡ ਬਾਈ نیٹ ਅਮਾਊਂਟ ਰਿਸੀਵਡ ਡਿਵਾਈਡਿਡ ਬਾਈ 100 ਮਾਈਨਸ ਡਿਸਕਾਊਂਟ ਇਹ ਫਾਰਮੂਲਾ ਹੈ ਧਿਆਨ ਨਾਲ ਜਿਵੇਂ ਇੱਥੇ ਅਸੀਂ 2% ਡਿਸਕਾਊਂਟ ਸੀ 2 ਮਲਟੀਪਲਾਈਡ ਬਾਈ ਮੈਂ ਦੱਸਿਆ ਸੀ ਨੈਟ ਅਮਾਉਂਟ ਨੈਟ ਅਮਾਉਂਟ ਕਿੰਨਾ ਹੈ 4900 ਜਿਹੜਾ ਉਹਨੂੰ ਕੈਸ਼ ਚ ਮਿਲਿਆ 4900 ਨਾਲ ਮਲਟੀਪਲਾਈ ਕਰਤਾ ਤੇ ਸਾਰੀ ਰਕਮ ਨੂੰ ਡਿਵਾਈਡਡ ਬਾਈ ਡਿਵਾਈਡ ਕਿਹਦੇ ਨਾਲ ਕਰਨਾ ਹੈ 100 ਮਾਈਨਸ ਡਿਸਕਾਊਂਟ ਜਦੋਂ 100 ਸੀ ਉਸ ਚੋਂ 2% ਡਿਸਕਾਊਂਟ ਮਾਈਨਸ ਕੀਤਾ ਤਾਂ 98 ਆ ਗਿਆ 댓 ਇਜ਼ ਡਿਸਕਾਊਂਟ ਆ ਗਿਆ 100 ਇਹਦਾ ਮਤਲਬ ਜਦੋਂ ਉਹਨੂੰ 4900 ਦੀ ਪੇਮੈਂਟ ਕੀਤੀ ਹੈ ₹100 ਡਿਸਕਾਊਂਟ ਆ ਗਿਆ ਇੱਕ ਟੰਗ ਤੁਹਾਡੇ ਸਟੂਡੈਂਟ ਇਹ ਹੈ ਪਰ ਇੱਕ ਟੰਗ ਹੋਰ ਵੀ ਹੈ 4900 ਮਿਲੇ ਨੇ ਅਸੀਂ ਉਸ ਤੋਂ ਲੈਣੇ ਕਿੰਨੇ ਸੀ ਜੇ ਅਸੀਂ ਟੋਟਲ ਅਮਾਉਂਟ ਡਿਊ ਕੈਲਕੂਲੇਟ ਕਰ ਲਈਏ ਤਾਂ ਉਹਦਾ ਫਾਰਮੂਲਾ ਡੀਅਰ ਸਟੂਡੈਂਟ ਏ ਹੈ ਧਿਆਨ ਨਾਲ ਦੇਖੋ ਗ੍ਰੀਨ ਦੇ ਵਿੱਚ ਮੈਂ ਰੈੱਡ ਨਾਲ ਸ਼ੋ ਕੀਤਾ ਹੋਇਆ ਗ੍ਰੋਸ ਅਮਾਉਂਟ ਡਿਊ ਜੀ ਡਿਊ ਦਾ ਮਤਲਬ ਗ੍ਰੋਸ ਅਮਾਉਂਟ ਸੋ ਟੋਟਲ ਲੈਣ ਵਾਲਾ ਕਿੰਨਾ ਸੀ 100 ਮਲਟੀਪਲਾਈਡ ਬਾਈ ਨੈਟ ਅਮਾਉਂਟ ਜਿਹੜਾ ਰੀਸਿਵ ਹੈ ਡਿਵਾਈਡਡ ਬਾਈ 100 ਮਾਈਨਸ ਡਿਸਕਾਊਂਟ ਤਾਂ ਇਹਨੂੰ ਪ੍ਰੈਕਟੀਕਲੀ ਦੇਖੀਏ ਕੀ ਬਣਿਆ 100 ਮਲਟੀਪਲਾਈਡ ਬਾਈ ਇਥੇ ਮੈਂ ਦੱਸਿਆ ਸੀ हंडर्ड इंटू नेट अमाउंट नेट अमाउंट किइन 4900 डिवाइड बाय 100 माइनस डिस्काउंट 100 जो परसेंट डिस्काउंट कराया कि नाइनटी एट नाइनटी एट न डिवाइड करता तो टोटल ड्यू कि आ गया फाइव थाउजेंड लेने वाले पांच हज़ार से मिले किन्नेजा सौ ਇਹ ਤਾਂ ہمارا ਡਿਸਕਾਊਂਟ ਕਿੰਨਾ ਹੋ ਗਿਆ 5000 4900 ₹100 ਡਿਸਕਾਊਂਟ ਹੋ ਗਿਆ ਸੋ ਇਹ ਦੋ ਟੰਗ ਨੇ ਡਿਸਕਾਊਂਟ ਕੈਲਕੂਲੇਟ ਕਰਨ ਦੇ ਜਿਆਦਾ ਡਾਇਰੈਕਟਲੀ ਡਿਸਕਾਊਂਟ ਕਰ ਦੋ ਇਸ ਫਾਰਮੂਲੇ ਦੇ ਨਾਲ ਦਿਸ ਵਨ ਯਾ ਅਸੀਂ ਕੀ ਕਰ ਸਕਦੇ ਆ ਟੋਟਲ ਅਮਾਉਂਟ ਡਿਊ ਕੱਢ ਲਓ ਉਸ ਦੇ ਵਿੱਚੋਂ ਡਿਫਰੈਂਸ ਨਾਲ ਡਿਸਕਾਊਂਟ ਆ ਜਾਏਗਾ ਲਾਸਟ ਆ ਕਮਿਸ਼ਨ ਰਿਸੀਵਡ ਆਓ ਇਹਨੂੰ ਨੰਮਰੀਕਲੀ ਸੋਲਵ ਕਰੀਏ ਸਭ ਤੋਂ ਪਹਿਲਾਂ ਸਾਡੇ ਕੋਲ ਕੈਸ਼ ਬੈਲੈਂਸ ਦਿੱਤਾ ਹੋਇਆ ਕਾਲਮ 1 ਗੇ ਸਾਰੇ ਸੇਮ ਡਿਸਕਾਊਂਟ ਦੇ ਕੈਸ਼ ਦਾ ਕਾਲਮ ਹੈ ਕਿਉਂਕਿ ਡਬਲ ਕਾਲਮ ਕੈਸ਼ ਬੁੱਕ ਹੈ ਉਹਨੇ ਕਹਿ ਰੱਖਿਆ ਡਿਸਕਾਊਂਟ ਤੇ ਕੈਸ਼ ਦੇ ਕਾਲਮ ਬਣਾਉਣੇ ਨੇ ਟੂ ਬੈਲੈਂਸ ਬ੍ਰੋਕਡਾਊਨ ਓਪਨਿੰਗ ਬੈਲੈਂਸ ਅਸੀਂ ਬ੍ਰੋਕਡਾਊਨ ਕਰ ਲਿਆ ਪਹਿਲੀ ਐਂਟਰੀ ਕੀ ਸੀ ਗੁੱਡਸ ਸੋਲਡ ਜਦੋਂ ਗੁੱਡਸ ਸੇਲ ਕੀਤੀਆਂ ਕੈਸ਼ ਰਸੀਵ ਹੋ ਗਿਆ ਟੂ ਸੇਲ 8000 ਨੈਕਸਟ ਹੈ ਬਾਊਟ ਗੁੱਡਸ ਗੁੱਡਸ ਪਰਚੇਸ ਕੀਤੀਆਂ ਤਾਂ ਪੇਮੈਂਟ ਕਰਨੀ ਪੈਗੀ ਬਾਏ ਪਰਚੇਸ 5000 ਕੈਸ਼ ਦੀ ਪੇਮੈਂਟ ਹੋ ਗਈ ਰਸੀਵਡ ਕੈਸ਼ ਫਰੋਮ ਅਨਿਲ ਐਂਡ ਡਿਸਕਾਊਂਟ ਅਲਾਊਡ ਅਨਿਲ ਤੋਂ ਪੈਸੇ ਮਿਲੇ ਨਹੀਂ ਤਾਂ ਸੀਡ ਸਾਈਡ ਦੇ ਉੱਤੇ ਡੈਬਿਟ ਸਾਈਡ ਪ੍ਰਾਪਤੀ ਸਾਈਡ ਹੈ ਕੈਸ਼ ਮਿਲੇ ਹੈ 2 अनिल 4800 ਮਿਲਗੇ ਤੇ 200 ਡਿਸਕਾਊਂਟ ਹੋ ਗਿਆ ਕਲੀਅਰ ਇਥੇ ਦੱਸਿਆ ਵੈ ਸਾਨੂੰ 4800 200 ਕੀ ਹੈ ਡਿਸਕਾਊਂਟ ਨੈਕਸਟ ਵਨ ਪੇ ਟੂ ਰਾਮ ਐਂਡ ਕੰਪਨੀ ਐਂਡ ਰਿਸੀਵਡ ਡਿਸਕਾਊਂਟ ਰਾਮ ਐਂਡ ਕੰਪਨੀ ਨੂੰ ਪੇ ਕੀਤੇ ਨੇ 6000 ਤੇ 300 ਡਿਸਕਾਊਂਟ ਰਸੀ ਹੋਇਆ ਪੇਮੈਂਟ ਸਾਈਡ ਹੈ ਧਿਆਨ ਰੱਖਿਓ ਬਾਏ ਰਾਮ ਐਂਡ ਕੰਪਨੀ 6000 ਕੈਸ਼ ਦੀ ਪੇਮੈਂਟ ਕਰਤੀ 300 ਡਿਸਕਾਊਂਟ ਰਿਸੀਵਡ ਹੋ ਗਿਆ ਨੈਕਸਟ ਹੈ ਸੋਲਡ ਗੁੱਡਸ ਟੂ ਮੋਹਨ ਮੋਹਨ ਨੂੰ ਗੁੱਡਸ ਸੇਲ ਕਰਤੀਆਂ ਸੇਲ ਕੀਤੀਆਂ ਦਾ ਪੈਸਾ ਆ ਗਿਆ ਬਟ بڑا ਸੋਚਣ ਵਾਲੀ ਗੱਲ ਹੈ ਇਹਦੇ ਵਿੱਚ ਤਾਂ ਧਿਆਨ ਰੱਖੋ ਇਸ ਚੀਜ਼ ਨੂੰ ਇਹਦੇ ਵਿੱਚ ट्रांजैक्शन ਸਿਰਫ ਉਹਦੇ ਹੀ ਆਏਗੀ ਜੇਕਰ ਉਹ ਕੈਸ਼ ਸੇਲ ਹੈ ਪਰ ट्रांजैक्शन ਸਾਫ਼ ਹੈ ਕਿ 12 ਜਨਵਰੀ ਦੀ ਐਂਟਰੀ ਇੱਥੇ ਦਿਖਾਈ ਨਹੀਂ ਹੈਗੀ ਕਿਉਂ ਨਾ ਡੈਬਿਟ ਸਾਈਡ ਤੇ ਨਾ ਕ੍ਰੈਡਿਟ ਸਾਈਡ ਤੇ ਕਿਵੇਂ ਹੋ ਸਕਦੀ ਹੈ ਜਦੋਂ ਕੈਸ਼ ट्रांजैक्शन ਹੈ ਹੀ ਨਹੀਂ that is credit sale ਕਿਉਂਕਿ ਨਾਮ ਦਿੱਤਾ ਹੋਇਆ ਹੈ ਕੈਸ਼ ਨਹੀਂ ਦਿੱਸ ਮੀਨਸ credit sale ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਾਂ ਆਪਾਂ ਇਹ ट्रांजैक्शन ਨਹੀਂ ਦਿਖਾਵਾਂਗੇ ਰਾਦਰ ਨੀਚੇ ਇੱਕ ਨੋਟ ਲਿਖ ਦਾਂਗੇ ਦੇ ਦਾ ट्रांजैक्शन ઓਰ 12th ਜਨਵਰੀ ਇਸ ਆਫ a credit sale ਨੈਕਸਟ ਕੈਸ਼ ਸੇਲ 13 ਜਨਵਰੀ ਐਂਟਰੀ ਦੇਖੋ ਕੈਸ਼ ਸੇਲ ਕੀਤੀ ਹੈ 7500 ਦੀ ਟੂ ਸੇਲ ਕੈਸ਼ ਦੇ ਵਿੱਚ 7500 ਰੁਪਏ ਆ ਗਏ ਵੇਜਸ ਪੇ ਕੀਤੀਆਂ ਨੇ ਤਾਂ ਪੇਮੈਂਟ ਸਾਈਡ ਦੇ ਉੱਤੇ why wages 2100 2100 ਰੁਪਏ ਦੀਆਂ ਵੇਜਿਸ ਪੇ ਕਰਦੀਆਂ ਪੇ ਟੂ ਸੋਨ ਇਨ ਫੁੱਲ ਸੈਟਲਮੈਂਟ ਆਫ ਹਿਸ ਅਕਾਊਂਟ 4000 ਉਹਦਾ ਪੂਰਾ ਅਕਾਊਂਟ 4000 ਦਾ ਸੀ ਜਿਹੜੇ ਉਹਨੂੰ ਦੇਨੇ ਸੀ ਪਰ 3800 ਰੁਪਏ ਦੇ ਕੇ ਸੈਟਲਮੈਂਟ ਕਰਦੀ ਕਿਵੇਂ ਕਰਦੀ ਇਹੀ ਤਾਂ ਡਿਸਕਾਊਂਟ ਹੈ ਯੈਸ ਕੈਸ਼ ਡਿਸਕਾਊਂਟ ਕਹਿੰਦੇ ਨੇ ਇਹਨੂੰ ਡਿਸਕਾਊਂਟ ਦੇ ਰਿਗਾਰਡਿੰਗ ਪੂਰੀ ਕੈਸ਼ ਡਿਸਕਾਊਂਟ ਟਰੇਡ ਡਿਸਕਾਊਂਟ ਪੂਰਾ ਕਨਸੈਪਟ ਇਸ ਚੈਨਲ ਦੇ ਉੱਤੇ ਵੀਡੀਓ ਨੇ ਸਟਾਰਟਿੰਗ ਦੇ ਵਿੱਚ ਤੁਸੀਂ ਉੱਥੇ ਦੇਖ ਸਕਦੇ ਹੋ ਪਰ ਇੱਥੇ ਸਾਨੂੰ ਸਾਫ਼ ਪਤਾ ਹੈ ਕੈਸ਼ ਦੀ ਅਸੀਂ ਪੇਮੈਂਟ ਕਰ ਰਹੇ ਹਾਂ ਤਾਂ ਜੋ ਡਿਸਕਾਊਂਟ ਮਿਲਿਆ 댓 ਇਜ਼ ਕੈਸ਼ ਡਿਸਕਾਊਂਟ ਤਾਂ ਬਾਈ ਸੋ ਹੁਣ ਪੇਮੈਂਟ ਕੀਤੀ 3800 ਰੁਪਏ ਪੇਮੈਂਟ ਕਰਤੀ ਕਿਉਂਕਿ 3800 ਦੀ ਪੇਮੈਂਟ ਹੋਈ ਹੈ 4000 ਦਾ ਅਕਾਊਂਟ ਸੀ ਜੀ 200 ਦਾ ਡਿਫਰੈਂਸ ਹੈ ਉਹ ਡਿਸਕਾਊਂਟ ਮਿਲ ਗਿਆ ਬਿਜ਼ਨਸ ਨੂੰ ਨੈਕਸਟ ਰਸੀਵਡ ਫਰੋਮ ਕ੍ਰਿਸ਼ਨਾ ਆਫਟਰ ਡਿਡਕਟਿੰਗ 2% ਡਿਸਕਾਊਂਟ 4900 2% ਡਿਸਕਾਊਂਟ ਕਟਾਉਣ ਤੋਂ ਬਾਅਦ ਕ੍ਰਿਸ਼ਨਾ ਤੋਂ ਸਾਨੂੰ 4900 ਰੁਪਏ ਮਿਲ ਗਏ ਮੈਂ ਇਸ ਤੋਂ ਪਹਿਲਾਂ ਵਾਲੀ ਸਲਾਈਡ ਤੇ ਤੁਹਾਨੂੰ ਸਮਝਾਇਆ ਕਿ ਕ੍ਰਿਸ਼ਨਾ ਦਾ ਡਿਸਕਾਊਂਟ ਬੰਦਾ ਕਿੰਨਾ ਸੀ ਐਕਚੁਅਲ ਅਮਾਉਂਟ ਉਹਦਾ 5000 ਬਣ ਰਿਹਾ ਸੀ ਗ੍ਰੋਸ ਉਸ ਤੋਂ 4900 ਮਿਲ ਗਏ 100 ਰੁਪਏ ਡਿਸਕਾਊਂਟ ਆ ਗਿਆ ਮੈਂ ਡਿਸਕਾਊਂਟ ਕੈਲਕੂਲੇਟਰ ਦਾ ਕੰਪਲੀਟ ਮੈਥਡ ਦੱਸਿਆ ਸੀ ਕ੍ਰਿਸ਼ਨਾ ਤੋਂ ਰਸੀਵ ਹੋਏ ਨੇ 2 ਕ੍ਰਿਸ਼ਨਾ 100 ਡਿਸਕਾਊਂਟ ਹੋ ਗਿਆ 4900 ਰੁਪਏ ਕੈਸ਼ ਆ 4000 ਹੁਣ ਇਹਦੀ ਬੈਲੈਂਸਿੰਗ ਦਾ ਟਾਈਮ ਆ ਗਿਆ ਇੱਕ ਗੱਲ ਧਿਆਨ ਰੱਖੋ ਮੈਂ ਰੈੱਡ ਦੇ ਵਿੱਚ ਸ਼ੋ ਕੀਤਾ ਨੈਵਰ ਬੈਲੈਂਸਡ ਡਿਸਕਾਊਂਟ ਕਾਲਮ ਐਜ਼ ਬੋਥ ਰਿਪਰੈਜ਼ੈਂਸ ਟੂ ਡਿਫਰੈਂਟ ਅਕਾਊਂਟ ਡਿਸਕਾਊਂਟ ਅਲਾਊਡ ਐਂਡ ਡਿਸਕਾਊਂਟ ਯੈਸ ਇੱਥੇ ਲਿਖਣਾ ਪੋੜ ਗਿਆ ਡਿਸਕਾਊਂਟ ਰਿਸੀਵਡ ਥੈਟ ਇਜ਼ ਇਹ ਧਿਆਨ ਰੱਖੋ ਡਿਸਕਾਊਂਟ ਕ੍ਰੈਡਿਟ ਦਾ ਮਤਲਬ ਕੀ ਹੈ ਰਿਸੀਵਡ ਧਿਆਨ ਰੱਖਿਓ ਡਿਸਕਾਊਂਟ ਅਲਾਊਡ ਡੈਬਿਟ ਸਾਈਡ ਡਿਸਕਾਊਂਟ ਰਿਸੀਵਡ ਕ੍ਰੈਡਿਟ ਸਾਈਡ ਇਸ ਕਰਕੇ ਡਿਸਕਾਊਂਟ ਕਾਲਮ ਦਾ ਹਮੇਸ਼ਾ ਕਲਾ ਟੋਟਲ ਕਰੀਦਾ ਹੈ ਏ ਡਿਸਕਾਊਂਟ ਅਲਾਊਡ ਐ ਡੈਬਿਟ ਹੈ ਇਧਰ 500 ਕ੍ਰੈਡਿਟ ਸਾਈਡ ਤੇ ਡਿਸਕਾਊਂਟ ਦਾ ਟੋਟਲ ਏ ਡਿਸਕਾਊਂਟ ਰਿਸਿਵਡ ਐ ਕ੍ਰੈਡਿਟ ਹੈ ਕਲੀਅਰ ਇਹਦੀ ਬੈਲੈਂਸਿੰਗ ਨਹੀਂ ਹੁੰਦੀ ਕਦੇ ਵੀ ਕਿਉਂਕਿ ਇਹ ਦੋ ਆਰਡਰਡ ਅਕਾਊਂਟ ਨੇ ਧਿਆਨ ਰੱਖਿਓ ਹੈ ਨੈਕਸਟ ਵਨ ਕੈਸ਼ ਦਾ ਬੈਲੈਂਸ ਕਰਨਾ ਹੈ ਅਸੀਂ ਸਭ ਤੋਂ ਪਹਿਲਾਂ ਡੈਬਿਟ ਟੋਟਲ ਕੀਤਾ ਕੈਸ਼ ਦਾ ਡੈਬਿਟ ਟੋਟਲ ਆਂਦਾ 26600 ਫਿਰ ਕ੍ਰੈਡਿਟ ਟੋਟਲ ਕੀਤਾ ਕੈਸ਼ ਦਾ ਹੋਇਆ 16900 ਇੱਥੇ ਤੱਕ ਦੀਆਂ ਜਿਹੜੀਆਂ ਟ੍ਰਾਂਜੈਕਸ਼ਨ ਮੈਂ ਸ਼ੋਅ ਕੀਤੀਆਂ ਨੇ 4 ਇਹਨਾਂ ਦਾ ਟੋਟਲ ਕਰ ਲਿਆ ਡਿਫਰੈਂਸ ਕਿੰਨਾ ਆ ਗਿਆ 9700 ਹੁਣ ਸਾਨੂੰ ਸਾਫ ਪਤਾ ਹੈ ਕਿ ਜਿਹੜਾ ਡੈਬਿਟ ਸਾਈਡ ਹੈ ਉਹ ਕ੍ਰੈਡਿਟ ਸਾਈਡ ਨਾਲੋਂ ਜ਼ਿਆਦਾ ਹੈ ਕਿੰਨਾ ਜ਼ਿਆਦਾ ਹੈ 9700 ਅਸੀਂ ਇੱਥੇ ਸ਼ੋਅ ਕੀਤਾ ਦੋਨੋਂ ਸਾਈਡ ਦੇ ਉੱਤੇ ਅਮਾਉਂਟ ਬੈਲੈਂਸ ਬਰਾਬਰ ਹੋ ਗਿਆ ਤਾਂ ਹੀ ਤਾਂ ਅਕਾਊਂਟ ਬੈਲੈਂਸਡ ਹੋਏਗਾ ਤੇ ਸਾਡੇ ਕੋਲ ਬੈਲੈਂਸ ਆ ਗਿਆ ਡੈਬਿਟ ਸਾਈਡ ਜ਼ਿਆਦਾ ਹੈ ਤਾਂ ਇਹ 9700 ਜਿਹੜਾ ਆਇਆ ਹੈ ਇਹ ਬਿਜ਼ਨਸ ਦਾ ਡੈਬਿਟ ਬੈਲੈਂਸ ਹੈ ਕੈਸ਼ ਦਾ ਤੇ ਇਸ ਤੋਂ ਵੱਧ ਲੱਗਦਾ ਹੈ ਬਿਜ਼ਨਸ ਕੋਲ 31 ਜਨਵਰੀ ਨੂੰ 9700 ਕੈਸ਼ ਇਨ ਹੈਂਡ ਸੀ ਸੇਮ ਬੈਲੈਂਸ 1 ਫਰਵਰੀ ਨੂੰ ਅੱਗੇ ਬ੍ਰਾਡ ਡਾਊਨ ਹੋ ਜਾਏਗਾ ਟੂ ਬੈਲੈਂਸ ਬ੍ਰਾਡਾ ਓਕੇ ਆਓ ਅੱਗੇ ਵਧੀਏ ਹੁਣ ਇੱਕ ਚੀਜ਼ ਧਿਆਨ ਨਾਲ ਸਿੱਖੋ ਇਹ ਕਨਸੈਪਟ ਬੜਾ ਜ਼ਰੂਰੀ ਹੈ ਕਾਉਂਟਰ ਐਂਟਰੀ ਐਨੀ ट्रांजैक्शन ਵਿਚ ਇਫੈਕਟ ਬੋਥ ਕੈਸ਼ ਐਂਡ ਬੈਂਕ ਕਾਲਮ ਇਨ ਕੈਸ਼ ਬੁੱਕ ਇਜ਼ ਕਾਲਡ ਕਾਉਂਟਰ ਐਂਟਰੀ ਕੋਈ ਵੀ ਲੈਣ-ਦੇਣ ਜਿਸ ਨਾਲ ਇੱਕੋ ਹੀ ट्रांजैक्शन ਚ ਕੈਸ਼ ਤੇ ਬੈਂਕ ਅਕਾਊਂਟ ਦੋਨੋਂ ਇਫੈਕਟਡ ਹੋ ਰਹੇ ਨੇ ਇੱਕ ਡੈਬਿਟ ਇ ਕ੍ਰੈਡਿਟ ਤਾਂ ਉਸ ਨੂੰ ਸੀ ਕਾਉਂਟਰ ਐਂਟਰੀ ਕਹਿੰਦੇ ਆ ਕਾਉਂਟਰ ਐਂਟਰੀ ਨੂੰ ਦਿਖਾਉਣ ਦੇ ਲਈ ਲੈਜਰ ਫੋਲੀਓ ਵਾਲੇ ਕਾਲਮ ਦੇ ਵਿੱਚ ਅੰਗਰੇਜ਼ੀ ਦਾ ਜਿਹੜਾ ਲੈਟਰ ਹੈ ਕਿਉਂਕਿ ਕਾਉਂਟਰਾ ਸ਼ਬਦ ਜਿਹੜਾ ਹੈ ਸੀ ਨਾਲ ਸ਼ੁਰੂ ਹੋ ਰਿਹਾ ਹੈ ਉੱਥੇ ਲੈਜਰ ਫੋਲੀਓ ਕਾਲਮ ਦੇ ਵਿੱਚ ਸੀ ਲਿਖ ਦਿੰਦੇ ਨੇ ਤਾਂ ਕਿ ਇਹ ਹਾਈਲਾਈਟ ਹੋ ਜਾਵੇ ਕਿ ਇਹ ਕਾਉਂਟਰ ਐਂਟਰੀ ਹੈ ਤੇ ਦੋਨੋਂ ਸਾਈਡ ਦੇ ਉੱਤੇ ਪੋਸਟਿੰਗ ਹੁੰਦੀ ਹੈ ਕਾਉਂਟਰ ਐਂਟਰੀ ਦੀ ਕਦੋਂ-ਕਦੋਂ ਕਾਉਂਟਰ ਐਂਟਰੀ ਹੋ ਸਕਦੀ ਹੈ ਜਦੋਂ ਕੈਸ਼ ਤੇ ਬੈਂਕ ਅਕਾਊਂਟ ਦੋਨੋਂ ਇਫੈਕਟਡ ਹੁੰਦੇ ਨੇ ਕਦੋਂ-ਕਦੋਂ ਹੋ ਸਕਦੇ ਨੇ cash deposited into bank ਜੇ ਬੈਂਕ ਚ ਪੈਸੇ ਜਮਾ ਕਰਾਈਏ cash withdrawn from bank ਜੇ ਬੈਂਕ ਚੋਂ ਪੈਸੇ ਕਢਵਾਈਏ check deposited in bank ਬੈਂਕ ਚ ਚੈੱਕ ਜਮਾ ਕਰਾਈਏ ਫਿਰ ਤਾਂ ਤੁਸੀਂ ਕਹੋਗੇ cash deposit ਵਾਲੀ ਗੱਲ ਹੋ ਗਈ ਚੈੱਕ ਜਮਾ ਕਰਵਾਤਾ ਪਰ ਨਹੀਂ ਸਟੂਡੈਂਟ ਇਹ ਥੋੜਾ ਡਿਫਰੈਂਟ ਕਨਸੈਪਟ ਹੈ ਇਥੇ ਮੈਂ ਇੱਕ ਚੀਜ਼ ਲਿਖੀ ਹੈ which is deposited in bank some other day than the date of receive ਇਹ ਬੜਾ ਸਿੱਖਣਾ ਜ਼ਰੂਰੀ ਹੈ ਕਈ ਵਾਰ ਕੁਐਸਚਨ ਚ ਹੁੰਦਾ ਹੈ ਧਿਆਨ ਨਾਲ ਸਾਰਾ ਕੁਐਸਚਨ ਪਹਿਲਾਂ ਪੜੀਦਾ ਹੁੰਦਾ ਹੈ ਕਈ ਵਾਰ ਕੁਐਸਚਨ ਦੇ ਵਿੱਚ ਹੁੰਦਾ ਹੈ ਕਿ ਚੈੱਕ ਮਿਲ ਗਿਆ ਉਦੇ ਬਾਰੇ ਸਾਈਲੈਂਟ ਹੁੰਦਾ ਹੈ ਚਾਰ ਪੰਜ ਦਿਨ ਬਾਅਦ ਹੁੰਦਾ ਕਿ ਉਸ ਵਿਅਕਤੀ ਦਾ ਚੈੱਕ ਪੰਜ ਦਿਨਾਂ ਬਾਅਦ ਬੈਂਕਸ ਜਮਾ ਕਰਾਇਆ ਫਿਰ ਜਿਸ ਦਿਨ ਮਿਲਿਆ ਸੀ ਉਸ ਦਿਨ ਕੀ ਕਰਦੇ ਨੇ ਉਸ ਦਿਨ ਉਸ ਚੈੱਕ ਨੂੰ ਕੈਸ਼ ਮੰਨਦੇ ਨੇ ਉਸ ਦਿਨ ਐਜ਼ ਅ ਕੈਸ਼ ਉਹਦੀ ट्रांजैक्शन ਬਿਜ਼ਨਸ ਚ ਹੋ ਜਾਂਦੀ ਹੈ ਪਰ ਜਿਸ ਦਿਨ ਉਹ ਚੈੱਕ ਜਮਾ ਕਰਾਇਆ ਜਾਂਦਾ ਹੈ ਉਸ ਦਿਨ ਜਿਵੇਂ ਅਸੀਂ ਕੈਸ਼ ਬੈਂਕਸ ਜਮਾ ਕਰਵਾਨੇ ਉਹਨੂੰ ਇਸ ਢੰਗ ਨਾਲ ਟ੍ਰੀਟ ਕੀਤਾ ਜਾਂਦਾ ਹੈ ਇਸ ਕਰਕੇ ਉਹ ਵੀ ਕਾਉਂਟਰ ਐਂਟਰੀ ਹੋ ਜਾਂਦੀ ਹੈ ਕਲੀਅਰ ਆਓ ਟ੍ਰिपल ਕਾਲਮ ਲਾਈਕ ਕੁਐਸਚਨ ਕਰੀਏ prepare a cash suitable cash book a suitable ਦਾ ਮਤਲਬ ਕੀ ਬਣਿਆ ਕਿ ਤੁਸੀਂ ਖੁਦ ਡਿਸਾਈਡ ਕਰੋ ਕਿ ਸਿੰਗਲ ਕਾਲਮ ਬਣੇਗੀ ਡਬਲ ਕਾਲਮ ਜਾਂ ਟ੍ਰਿਪਲ ਕਾਲਮ ਮੈਂ ਟ੍ਰਿਪਲ ਕਾਲਮ ਦਾ ਕੁਐਸਚਨ ਕਰਾ ਰਿਹਾ ਤੁਹਾਨੂੰ ਇਹਦੇ ਵਿੱਚ ਧਿਆਨ ਨਾਲ ਦੇਖੋ ਕੈਸ਼ ਬੈਂਕ ਤੇ ਡਿਸਕਾਊਂਟ ਦੇ ਆਨਗੇ ਇਹਦੇ ਵਿੱਚ ਕਲ ਸਟਾਰਟਡ ਬਿਜ਼ਨਸ ਵਿਦ ਕੈਸ਼ ਬਿਜ਼ਨਸ ਸ਼ੁਰੂ ਕੀਤਾ ਕੈਸ਼ ਪੇਡ ਇਨਟੂ ਬੈਂਕ ਬੈਂਕ ਚ ਪੈਸੇ ਜਮ੍ਹਾਂ ਕਰਵਾਤੇ ਪਰਚੇਸ ਗੁੱਡਸ ਫਰਮ ਸੁਸ਼ਮિતા ਸ਼ਸ਼ਮਿਤਾ ਤੋਂ ਗੁੱਡਸ ਪਰਚੇਸ ਕੀਤੀਆਂ ਨੇ ਸੋਲਡ ਗੁੱਡਸ ਟੂ ਦਿਲਕਰ ਐਂਡ ਰਿਸੀਵਡ ਅ ਚੈੱਕ ਏ ਗੁੱਡਸ ਸੇਲ ਕੀਤੀਆਂ ਤੇ ਚੈੱਕ ਮਿਲਿਆ ਦਿਨਕਰ ਤੋਂ ਪੇ ਟੂ ਸ਼ਸ਼ਮિતા ਕੈਸ਼ ਸ਼ਸ਼ਮિતા ਨੂੰ ਕੈਸ਼ ਪੇ ਕਰਤਾ ਕਿਉਂ ਕਿ 5 ਦਸੰਬਰ ਨੂੰ ਕ੍ਰੈਡਿਟ ਪਰਚੇਸ ਸੀ ਹੈ ਸ਼ਸ਼ਮિતા ਦੀ ਸ਼ਸ਼ਮિતા ਨੂੰ ਕੈਸ਼ ਪੇ ਕਰਤਾ ਕਿੰਨਾ ਪੇ ਕੀਤਾ ਜਿੰਨਾ ਪਰਚੇਸ ਕੀਤੀ ਸੀ ਬਾਈ ਜਨ ਸੇਮ ਹੈ 20000 20000 ਪੇ ਕਰਤਾ ਯਾਦ ਰੱਖਿਓ ਇਸ ਗੱਲ ਨੂੰ ਚੈੱਕ ਰੀਸੀਵਡ ਔਨ ਦਿਸੰਬਰ 6th ਡਿਪੋਜ਼ਿਟਡ ਇਨਟੂ ਬੈਂਕ ਚੈੱਕ 6 ਦਸੰਬਰ ਨੂੰ ਜਿਹੜਾ ਮਿਲਿਆ ਸੀ ਇਹ ਵਾਲਾ ਉਹ ਬੈਂਕਸ ਜਮਾ ਕਰਵਾਤਾ ਬੜਾ ਇੰਪੋਰਟੈਂਟ ਕਨਸੈਪਟ ਇਸ ਚੈੱਕ ਨੂੰ ਅਸੀਂ ਕੈਸ਼ ਮੰਨਾਂਗੇ ਜੋ 6 ਦਸੰਬਰ ਨੂੰ ਮਿਲਿਆ ਸੀ ਜਿਸ ਦਿਨ ਜਮ੍ਹਾਂ ਕਰਵਾਇਆ ਤਾਂ ਜਿਵੇਂ ਕੈਸ਼ ਬੈਂਕਸ ਜਮ੍ਹਾਂ ਹੁੰਦਾ ਉਸ ਤਰ੍ਹਾਂ ਦੀ ਕਾਉਂਟਰ ਐਂਟਰੀ ਬਣੇਗੀ ਸੋਲਡ ਗੁੱਡਸ ਟੂ ਰਾਣੀ ਰਾਣੀ ਨੂੰ ਗੁੱਡ ਸੇਲ ਕਰਤੀਆਂ ਕਾਰਟ ਇਜ਼ ਪੇਡ ਇਨ ਕੈਸ਼ ਕਾਰਟ ਇਸ ਪੇ ਕਰਤਾ ਰੇੜੇ ਦਾ ਕਿਰਾਇਆ ਰਸੀਵਡ ਕੈਸ਼ ਫਰੋਮ ਰਾਣੀ ਰਾਣੀ ਤੋਂ ਕੈਸ਼ ਪ੍ਰਾਪਤ ਹੋ ਗਿਆ ਕਿਉਂਕਿ ਰਾਣੀ ਨੂੰ ਵੀ ਅਸੀਂ ਗੁੱਡਸ ਕ੍ਰੈਡਿਟ ਸੇਲ ਕੀਤੀਆਂ ਸੀ ਰਾਣੀ ਤੋਂ ਕੈਸ਼ ਪ੍ਰਾਪਤ ਹੋ ਗਿਆ ਇਹ ਧਿਆਨ ਰੱਖਿਓ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਅਮਾਊਂਟ ਮਿਲੇ ਕਟਵਾਦ ਹੋ ਸਕਦਾ ਹੈ ਪਰ ਇੱਥੇ ਸੇਮ ਹੈ ਰਾਣੀ ਨੂੰ 12000 ਦੀਆਂ ਗੁੱਡ ਸੇਲ ਕੀਤੀਆਂ 12000 ਰਸੀਵ ਹੋ ਗਿਆ ਜਿਸ ਦਿਨ ਸੇਲ ਕੀਤੀਆਂ ਨੇ ਕ੍ਰੈਡਿਟ ਇਹ ट्रांजैक्शन ਕੈਸ਼ ਬੁੱਕ ਦੇ ਵਿੱਚ ਨਹੀਂ ਆਉਂਦੀ ਕੈਸ਼ ਬੁੱਕ ਦੇ ਵਿੱਚ ਨਾ ਕ੍ਰੈਡਿਟ ਪਰਚੇਜ਼ ਆਉਂਦੀ ਨਾ ਕ੍ਰੈਡਿਟ ਸੇਲ ਆਉਂਦੀ ਹੈ ਯਾਦ ਰੱਖਿਓ ਵੀ ਕਮਿਸ਼ਨਰ ਰਿਸੀਵਡ ਡਰੂ ਕੈਸ਼ ਫਾਰ ਪਰਸਨਲ ਯੂਜ਼ ਪਰਸਨਲ ਯੂਜ਼ ਦੇ ਲਈ ਬਿਜ਼ਨਸ ਦੇ ਵਿੱਚੋਂ ਕੈਸ਼ ਕਢਵਾ ਲਿਆ ਦੈਟ ਇਜ਼ ਡਰਾਇੰਗਸ ਬਿਜ਼ਨਸ ਦੇ ਵਿੱਚੋਂ ਕੈਸ਼ ਕੱਢਿਆ ਉਹਨੇ ਪਰਸਨਲ ਯੂਜ਼ ਦੇ ਲਈ ਯਾਦ ਰੱਖਿਓ ਡਰਾਇੰਗਸ ਹੁੰਦੀਆਂ ਨੇ ਇਹ ਨੈਕਸਟ ਵਨ ਇਹਦਾ ਹੁਣ ਆਪਾਂ ਦੇਖੀਏ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਡੀਅਰ ਸਟੂਡੈਂਟਸ ਸੀ ਸੀ ਸਟਾਰਟਡ ਬਿਜ਼ਨਸ ਵਿਦ ਕੈਸ਼ ਕੈਸ਼ ਨਾਲ ਬਿਜ਼ਨਸ ਸ਼ੁਰੂ ਕੀਤਾ ਕੈਪੀਟਲ ਆ ਗਿਆ ਬਿਜ਼ਨਸ ਟੂ ਕੈਸ਼ ਕੈਸ਼ ਕਾਲਮ ਦੇ ਵਿੱਚ ਆ ਗਿਆ 120000 ਟਿੰ ਕਾਲਮ ਬਣੇ ਨੇ ਹੁਣ ਡਿਸਕਾਊਂਟ ਕੈਸ਼ ਤੇ ਬੈਂਕ ਡੈਬਿਟ ਸਾਈਡ ਤੇ ਡਿਸਕਾਊਂਟ ਕੈਸ਼ ਤੇ ਬੈਂਕ ਕ੍ਰੈਡਿਟ ਸਾਈਡ ਓਕੇ ਕੈਸ਼ ਪੇਡ ਇਨਟੂ ਬੈਂਕ ਕਿਉਂਕਿ ਧਿਆਨ ਨਾਲ ਮੈਂ 1 ਦਸੰਬਰ ਵਾਲੀ ਐਂਟਰੀ ਦੁਆਰਾ ਦੱਸਦਾ ਕਿਉਂਕਿ ਬਿਜ਼ਨਸ ਸਟਾਰਟ ਕੀਤਾ ਇਹਦਾ ਬਿਜ਼ਨਸ ਚ ਕੈਸ਼ ਆ ਗਿਆ ਉਹ ਜਦੋਂ ਸਟਾਰਟ ਦੇ ਟਾਈਮ ਦੇ ਉੱਤੇ ਬਿਜ਼ਨਸ ਚ ਪੈਸਾ ਇਨਵੈਸਟ ਕੀਤਾ ਜਾਂਦਾ ਉਹਨੂੰ ਕੈਪੀਟਲ ਕਹਿੰਦੇ ਨੇ ਟੂ ਕੈਪੀਟਲ ਕੈਸ਼ ਰਸੀਵ ਹੋਇਆ ਡੈਬਿਟ ਸਾਈਡ ਰਸੀਵ ਸਾਈਡ ਹੁੰਦੀ ਹੈ ਕੈਸ਼ ਕਾਲਮ ਦੇ ਵਿੱਚ ਅਸੀਂ 1 ਲੱਖ 20000 ਦਿਖਾਣਾ ਹੈ ਕੈਸ਼ ਪੈਡ ਇਨਟੂ ਬੈਂਕ ਬੈਂਕ ਜਮਾ ਕਰਾ ਦਿੱਤੇ 50000 ਤਾਂ ਦੋ ਅਕਾਊਂਟ ਇਫੈਕਟਡ ਹੋ ਗਏ ਧਿਆਨ ਨਾਲ ਇਕਦਾ ਧਿਆਨ ਨਾਲ ਜਦੋਂ ਕੈਸ਼ ਬੈਂਕ ਦੇ ਵਿੱਚ ਜਮਾ ਕਰਾਇਆ ਬੈਂਕ 'ਚ ਸਾਡਾ ਬੈਲੈਂਸ ਵਧ ਗਿਆ ਬੈਂਕ 'ਚ ਰੀਸੀਵ ਹੋ ਗਏ ਪੈਸੇ ਤਾਂ ਬੈਂਕ ਅਕਾਊਂਟ ਇਥੇ ਡੈਬਿਟ ਸਾਈਡ ਨਾਲ ਇਨਕਰੀਜ਼ ਹੋ ਗਿਆ ਕਲੀਅਰ ਬਟ ਤੇ ਇਫੈਕਟ ਕੀ ਦਾ ਕੈਸ਼ ਦਾ ਬੈਂਕ ਦੇ ਉੱਤੇ ਇਫੈਕਟ ਕੈਸ਼ ਦਾ ਕੈਸ਼ ਦੇ ਉੱਤੇ ਇਫੈਕਟ ਬੈਂਕ ਦਾ ਤਾਂ ਇਹਨੂੰ ਲੈਜਰ ਫੋਲੀਓ ਦੇ ਵਿੱਚ ਅਸੀਂ ਇਥੇ ਕੀ ਲਿਖਤਾ ਸੀ ਸੀ ਦੈਟ ਇਜ਼ ਕੰਟ੍ਰੈਂਟ ਇਸੇ ਤਰ੍ਹਾਂ ਕਿਉਂਕਿ ਕੈਸ਼ ਜਦੋਂ ਬੈਂਕ 'ਚ ਜਮਾ ਕਰਾਇਆ ਬਿਜ਼ਨਸ 'ਚੋਂ ਕੈਸ਼ ਘਟ ਗਿਆ ਕੈਸ਼ ਦੀ ਪੇਮੈਂਟ ਹੋ ਗਈ ਜਿਹੜੀ ਬੈਂਕ ਨੂੰ ਕਰਨੀ ਪੈਗੀ ਸੀ ਬੈਂਕ 'ਚ ਪੈਸੇ ਜਮਾ ਕਰਾਏ ਨਹੀਂ ਤਾਂ ਕੈਸ਼ 50000 ਨਾਲ ਕ੍ਰੈਡਿਟ ਹੋ ਗਿਆ ਕੈਸ਼ ਤੇ ਇਫੈਕਟ ਕੀਦਾ ਬੈਂਕ ਦਾ ਬਾਇ ਬੈਂਕ 3 ਦਸੰਬਰ ਨੂੰ ਦੋਨੋਂ ਸਾਈਡ ਤੇ ਐਂਟਰੀ ਆ ਗਈ ਬਿਕਾਜ਼ ਇਟ ਇਜ਼ ਕਾਉਂਟਰ ਐਂਟਰੀ ਨੈਕਸਟ ਵਨ ਪਰਚੇਸ ਗੁੱਡਸ ਫਰਮ ਸ਼ਸ਼ਮੀਤਾ ਸ਼ਸ਼ਮੀਤਾ ਤੋਂ ਗੁੱਡਸ ਪਰਚੇਜ਼ ਕੀਤੀਆਂ ਨੇ ਕ੍ਰੈਡਿਟ ਪਰਚੇਸ ਹੈ ਇਹਦੀ ਕੋਈ ਐਂਟਰੀ ਨਹੀਂ ਆਏਗੀ ਕੈਸ਼ ਬੁੱਕ 'ਚ ਕੈਸ਼ ਬੁੱਕ 'ਚ ਨਹੀਂ ਆਏਗੀ ਸੋਲਡ ਗੁੱਡਸ ਟੂ ਦਿਨਕਰ ਅੰਡਰ ਰ ਦਿੰਕਰ ਨੂੰ ਚੀਜ਼ਾਂ ਵੇਚੀਆਂ ਤੇ ਉਸ ਤੋਂ ਚੈੱਕ ਮਿਲ ਗਿਆ ਮੈਂ ਪਹਿਲਾਂ ਦੱਸਿਆ ਸੀ ਕਿਉਂਕਿ ਇਹ ਚੈੱਕ 14 ਦਸੰਬਰ ਨੂੰ ਬੈਂਕਸ ਜਮ੍ਹਾਂ ਕਰਾਇਆ ਤਾਂ ਸਾਫ਼ ਹੋ ਗਿਆ ਸੀ ਉਸ ਦਿਨੇ ਚੈੱਕ ਮਿਲੇ ਮਿਲੇ ਜਮ੍ਹਾਂ ਨਹੀਂ ਕਰਵਾਇਆ ਤਾਂ 2 ਦਿਨ ਕਰਜ਼ ਅਕਾਊਂਟ ਚੈੱਕ ਹੈ ਬਟ ਐਜ਼ ਅ ਕੈਸ਼ ਟ੍ਰੀਟ ਕਰਾਂਗੇ ਜਿਸ ਦਿਨ ਇਹਨੂੰ ਬੈਂਕਸ ਜਮ੍ਹਾਂ ਕਰਾਵਾਂਗੇ ਉਸ ਦਿਨ ਕਾਉਂਟਰ ਐਂਟਰੀ ਹੋਏਗੀ ਜਿਵੇਂ ਅਸੀਂ ਕੈਸ਼ ਜਮ੍ਹਾਂ ਕਰਵਾਨੇ ਨੈਕਸਟ ਹੈ ਪੇਡ ਟੂ ਸ਼ਸ਼ਮਿਤਾ ਸ਼ਸ਼ਮਿਤਾ ਨੂੰ ਪੇਮੈਂਟ ਕੀਤੀ ਕਿੰਨੀ ਪੇਮੈਂਟ ਕੀਤੀ ਹੈ 20000 ਦੀ ਬਾਏ ਸ਼ਸ਼ਮਿਤਾ ਜਿਸ ਤੋਂ ਅਸੀਂ ਗੁੱਡਸ ਪਰਚੇਜ਼ ਕੀਤੀਆਂ ਸੀ 5 ਦਸੰਬਰ ਨੂੰ ਉਹਨੂੰ ਪੇਮੈਂਟ ਕਰਤੀ 10 ਦਸੰਬਰ ਨੂੰ ਉਦੋਂ ਅਸੀਂ ਐਂਟਰੀ ਨਹੀਂ ਦਿਖਾਈ ਸੀ ਬਾਏ ਸ਼ਸ਼ਮਿਤਾ 20000 ਨੈਕਸਟ ਹੈ ਚੈੱਕ ਰੀਸੀਵਡ ਔਨ ਦਿਸੰਬਰ 6 ਡਿਪੋਜ਼ਿਟਡ ਟੂ ਬੈਂਕ ਜਿਹੜਾ 6 ਦਸੰਬਰ ਨੂੰ ਚੈੱਕ ਮਿਲਿਆ ਸੀ ਉਹ ਬੈਂਕਸ ਜਮ੍ਹਾਂ ਕਰਾਤਾ ਇੱਥੇ ਡੇਟ ਗਲਤ ਹੈ 2015 ਵੀ ਧਿਆਨ ਰੱਖਿਓ ਗਲਤ ਪ੍ਰਿੰਟਿੰਗ ਹੈ ਇਹ 2015 ਯੈਸ ਕਿਉਂਕਿ ਅਸੀਂ 2015 ਦਾ ਕੈਸ਼ ਬੁੱਕ ਬਣਾ ਰਹੇ ਹਾਂ ਬਿਜ਼ਨਸ ਦੀ ਹਾਂਜੀ ਹੁਣ ਜਿਹੜਾ ਚੈੱਕ ਮਿਲਿਆ ਸੀ 6 ਦਸੰਬਰ ਨੂੰ ਉਹ ਬੈਂਕ ਜਮਾ ਕਰਵਾਤਾ that is contra entry business ਦਾ cash ਘਟ ਗਿਆ ਬੈਂਕ ਵਧ ਗਿਆ cash ਕਿਉਂ ਘਟੇਗਾ ਕਿਉਂਕਿ ਉਸ ਚੈੱਕ ਨੂੰ ਅਸੀਂ 6 ਦਸੰਬਰ ਨੂੰ as a cash ਮੰਨਿਆ ਸੀ ਆ 20000 ਹੁਣ ਬੈਂਕਸ ਜਮਾ ਕਰਾਇਆ ਬੈਂਕ ਚ ਬੈਲੈਂਸ ਇਨਕਰੀਸ ਹੋ ਗਿਆ ਬੈਂਕ ਰਸੀਵਰ ਹੋ ਗਿਆ ਬੈਂਕ ਤੇ ਇਫੈਕਟ ਕੀਦਾ cash ਦਾ डेबिट ਸਾਈਡ ਤੇ ਟੂ cash ਸੀ ਦਿਖਾਤਾ ਕੌਨਟਰਾ ਐਂਟਰੀ ਸੇਮ ਕ੍ਰੈਡਿਟ ਸਾਈਡ ਤੇ ਵੀ ਪੋਸਟਿੰਗ ਆਏਗੀ cash ਘਟ ਗਿਆ business ਦਾ ਕੈਸ਼ ਕ੍ਰੈਡਿਟ ਕਰਤਾ 20000 ਨਾਲ ਤੇ ਕੈਸ਼ ਤੇ ਇਫੈਕਟ ਕੀਦਾ ਬੈਂਕ ਦਾ ਬਾਈ ਬੈਂਕ ਕਾਉਂਟਰੈਂਟ ਓਕੇ ਨੈਕਸਟ ਵਨ ਸੋਲ ਗੁੱਡਸ ਟੂ ਰਾਣੀ ਰਾਣੀ ਨੂੰ ਸੇਲ ਕਰਤੀ ਬਟ ਕ੍ਰੈਡਿਟ ਸੇਲ ਹੈ ਤਾਂ ਇਹ ਨਹੀਂ ਆਏਗੀ ਐਂਟਰੀ ਨੈਕਸਟ ਹੈ ਕਾਰਟ ਇਜ਼ ਪੇਡ ਇਨ ਕੈਸ਼ ਕੈਸ਼ ਕਾਰਟ ਇਜ਼ ਦੀ ਪੇਮੈਂਟ ਕਰਤੀ ਖਰਚਾ ਹੈ ਬਿਜ਼ਨਸ ਦਾ ਬਾਈ ਕਾਰਟ ਇਜ਼ ਕੈਸ਼ ਦੇ ਵਿੱਚ 500 ਰੁਪਏ ਕ੍ਰੈਡਿਟ ਕਰਤੇ ਪੇਮੈਂਟ ਸਾਈਡ ਦੇ ਉੱਤੇ ਨੈਕਸਟ ਹੈ ਰਸੀਵਡ ਕੈਸ਼ ਫਰੋਂ ਰਾਣੀ ਰਾਣੀ ਨੂੰ ਕਿਉਂਕਿ ਗੁੱਡ ਸੇਲ ਕੀਤੀਆਂ ਸੀ ਕ੍ਰੈਡਿਟ ਕੀਤੀਆਂ ਸੀ ਕੈਸ਼ ਮਿਲ ਗਿਆ ਟੂ ਰਾਨੀ ਡੈਬਿਟ ਸਾਈਡ ਤੇ ਕਿਉਂਕਿ ਡੈਬਿਟ ਸਾਈਡ ਰਸੀਡ ਸਾਈਡ ਹੁੰਦੀ ਹੈ ਕੈਸ਼ ਉਹਦੇ ਵਿੱਚ 12000 ਦਿਖਾਤਾ ਡੀਅਰ ਫਰੈਂਡ ਜਦੋਂ ਕਿਸੇ ट्रांजैक्शन ਦੇ ਕਰਕੇ ਕੈਸ਼ ਅਕਾਊਂਟ ਇਫੈਕਟਡ ਹੁੰਦਾ ਹੈ ਤਾਂ ਕੈਸ਼ ਵਾਲੇ ਕਾਲਮ ਚ ਦਿਖਾਣਾ ਹੈ ਜੇ ਬੈਂਕ ਦੇ ਉੱਤੇ ਅਸਰ ਹੈ ਤਾਂ ਬੈਂਕ ਵਾਲੇ ਕਾਲਮ ਚ ਦਿਖਾਣਾ ਹੈ ਅਮਾਉਂਟ ਤੇ ਧਿਆਨ ਰੱਖਿਓ ਕਮਿਸ਼ਨ ਰਿਸੀਵਡ ਕਮਿਸ਼ਨ ਮਿਲੀ ਹੈ ਤਾਂ ਟੂ ਕਮਿਸ਼ਨ 5000 ਕਮਿਸ਼ਨ ਮਿਲ ਗਈ ਨੈਕਸਟ ਹੈ ਡਰੂ ਕੈਸ਼ ਫॉर ਪਰਸਨਲ ਯੂਜ਼ ਪਰਸਨਲ ਯੂਜ਼ ਦੇ ਲਈ ਕੈਸ਼ ਵਿਦਡਰਾ ਕਰ ਲਿਆ ਬਿਜ਼ਨਸ ਦੇ ਵਿੱਚੋਂ ਬਾਈ ਡਰਾਇੰਗਸ 2000 ਦਾ ਕੈਸ਼ ਵਿਡਰਾ ਕੀਤਾ ਕੈਸ਼ ਕ੍ਰੈਡਿਟ ਹੋ ਗਿਆ ਕੈਸ਼ ਘਟ ਗਿਆ ਕੈਸ਼ ਦੀ ਪੇਮੈਂਟ ਹੋ ਗਈ ਬਿਜ਼ਨਸ ਨੂੰ ਕਲੀਅਰ ਹੁਣ ਬੈਲੈਂਸ ਦਾ ਟਾਈਮ ਆ ਗਿਆ ਇਸ ਕੁਐਸਚਨ ਦੇ ਵਿੱਚ ਕੋਈ ਵੀ ਡਿਸਕਾਊਂਟ ਨਹੀਂ ਤਾਂ ਡਿਸਕਾਊਂਟ ਦੋਨੋਂ ਸਾਈਡ ਤੇ ਕਿੰਨੇ ਹੋਗੇ ਨਿਲ ਨਿਲ ਦੋਨੋਂ ਸਾਈਡ ਤੇ ਖਾਲੀ ਕਿਉਂਕਿ ਡਿਸਕਾਊਂਟ ਦਾ ਵੈਸੇ ਵੀ ਬੈਲੈਂਸ ਨਹੀਂ ਕਰੀਦਾ ਫਿਰ ਕੈਸ਼ ਦਾ ਬੈਲੈਂਸ ਕਰਨਾ ਹੈ ਸਟੂਡੈਂਟਸ ਕੈਸ਼ ਦਾ ਡੈਬਿਟ ਸਾਈਡ ਦਾ ਟੋਟਲ ਹੋ ਗਿਆ 152000 ਕ੍ਰੈਡਿਟ ਸਾਈਡ ਦੀ ਇਹਨਾਂ ट्राਨੈਕਸ਼ਨ ਦਾ ਟੋਟਲ ਕਰਕੇ ਜਦੋਂ ਡਿਫਰੈਂਸ ਕੱਢਿਆ ਤਾਂ ਡਿਫਰੈਂਸ ਆਇਆ 64500 ਉਹ ਅਸੀਂ ਇੱਥੇ ਦਿਖਾਇਆ ਬਾਈ ਬੈਲੈਂਸ ਕੈਰੀ ਡਾਊਨ ਕੈਸ਼ ਦਾ ਬੈਲੈਂਸ ਮਤਲਬ ਕੈਸ਼ ਇਨ ਹੈਂਡ ਸਾਡੇ ਕੋਲ 31ਸ ਨੰਬਰ ਨੂੰ 64500 ਹੈ ਦੋਨੋਂ ਸਾਈਡ ਦਾ ਟੋਟਲ 152000 ਹੋ ਗਿਆ ਫਿਰ ਬੈਂਕ ਦਾ ਇਸ ਤਰ੍ਹਾਂ ਟੋਟਲ ਕੀਤਾ 70000 ਤੇ 17000 ਟੋਟਲ ਕਰਨ ਤੋਂ ਬਾਅਦ ਕ੍ਰੈਡਿਟ ਸਾਈਡ ਤੇ ਬੈਂਕ ਚ ਕੁਝ ਵੀ ਨਹੀਂ ਸੀ ਤਾਂ ਸਾਰਾ ਦਾ ਸਾਰਾ ਬੈਲੈਂਸ ਹੋ ਗਿਆ ਬਾਈ ਬੈਲੈਂਸ ਕੈਰੀ ਡਾਊਨ 70000 ਸੇਮ ਕੈਸ਼ ਤੇ ਬੈਂਕ ਦੇ ਬੈਲੈਂਸ 1 ਜਨਵਰੀ ਨੂੰ ਬਰੌਟ ਡਾਊਨ ਹੋ ਗਏ ਆਈ ਥਿੰਕ ਥੈਟ ਇਜ਼ ਕਲੀਅਰ यस स्टूडेंट आई थिंक द होल कांसेप्ट इज क्लियर थोड़ा लेंथी है पर बहुत इंपॉर्टेंट है मैं इक्को ही वीडियोस तीन न्यूमेरिकल डिटेल समझाए ने तीनों कैश बुक ਦੇ ਵਿੱਚ ਤੇ ਇਸ ਤੋਂ ਬਾਅਦ ਪੈਟੀ ਕੈਸ਼ ਬੁਕ ਦੇ ਨਿਊਮੇਰਿਕਲਸ ਅਸੀਂ ਇਸ ਤੋਂ ਅਗਲੀ ਵੀਡੀਓ ਜਿਵੇਂ ਮੈਂ ਇਥੇ ਲਿਖਿਆ 26ਵੀਂ ਵੀਡੀਓ ਜਿਹੜੀ ਤੁਹਾਡੇ ਸਾਹਮਣੇ ਇਸ ਚੈਨਲ ਤੇ ਆ ਉਹਦੇ ਵਿੱਚ ਪੈਟੀ ਕੈਸ਼ ਬੁਕ ਨਾਲ ਰਿਲੇਟਡ ਤੇ ਬਹੁਤ ਸਾਰੀਆਂ ਵੀਡੀਓਜ਼ ਆਂਦੀਆਂ ਰਹਿਣਗੀਆਂ ਇਸ ਤੋਂ ਬਾਅਦ ਵੀ ਇਕ ਕਮਰਸ ਨਾਲ ਰਿਲੇਟਡ ਸਬਜੈਕਟਸ ਅਕਾਊਂਟੈਂਸੀ ਇਕਨੋਮਿਕਸ ਫੰਡਾਮੈਂਟਲ ਈਵਨਸ ਤੇ ਮੋਟੀਵੇਸ਼ਨਲ ਵੀਡੀਓਜ਼ ਆਲਰੇਡੀ ਨੇ ਇਸ ਚੈਨਲ ਤੇ ਦੇਖਦੇ ਰਹੋ ਨਵੇਂ ਵੀਡੀਓ ਦਾ ਇੰਤਜ਼ਾਰ ਕਰੋ ਜੇਕਰ ਕੋਈ ਹਿੱਸਾ ਕਲੀਅਰ ਨਹੀਂ ਹੈ ਵੀਡੀਓ ਦੇ ਉਸ ਪਾਰਟ ਜਾ ਕੇ ਦੇਖੋ ਪਰ ਕੰਪਲੀਟ ਵੀਡੀਓ ਦੇਖੋ ਉਹਦੇ ਨਾਲ ਕੀ ਸਾਰਾ ਕੰਟੈਂਟ ਬੇਸਿਕ ਸਮਝ ਲੱਗੇਗਾ ਐਂਡ ਥੈਂਕ ਯੂ ਵੈਰੀ ਮੱਚ